बहुत ही बढ़िया मुकाबले इसके पहले भी चार मुकाबले चल रहे थे। मयूर अंगराज का गोली मारा और बजेश का एक राजू कुमार का पटा के लेकिन सीधा हमको गोली का ये भी कुश्ती रही बहुत ही बढ़िया इसका तभी कुश्ती बल्ले 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 ये था जो ही की गाने बांधी और जो पिंदरवीन का आवारी तेरा बना तालवी हेरा भी का जितने बना तो का शून्य बिठा कराया है ना तेरा भाई भी बिठा था नवाना खाली उधर साजो की आपा जी के लेने नाल पलवान को भांगड़ा भगे का नवाने कुश्ती भी बहुत बढ़िया और थारे पाशा दे विच चलदी रही वेखा जो ही की गाने बांधी कुश्ती दी ਸਾਨੂੰ ਵਾਪਸ ਸੀ
ਅਸੂਰ ਸਿੰਘ ਦੀ ਮੌਲੀ ਉਹਦੇ ਸਾਰੇ ਸੌਣ ਸਿੰਘ ਦੀ ਸਾਹਿਬ ਰਾਮ ਸਿੰਘ ਦੀ ਤੇ ਪਰਮ ਪ੍ਰਕਾਸ਼ ਚੰਦ ਜੀ ਅਸੂਰ ਸਿੰਘ ਦੀ ਸਾਹਿਬ ਵਿਸ਼ਨ ਸਿੰਘ ਦੀ ਔਰ ਸਾਡੇ ਜਸਪਾਲ ਪ੍ਰਕਾਸ਼ੀ ਦਰਵੀਰ ਸਿੰਘ ਦੀ ਸਾਹਿਬ ਗੁਰਦਾਸ ਸਿੰਘ ਦੀ ਦੀਪ ਸਿੰਘ ਦੀ ਕਾਂਦਾ ਬਲਵੀਰ ਸਿੰਘ ਦੀ ਚੇਲਾ ਕੁਲਦੀਪ ਸਿੰਘ ਦੀ ਠੇਕੇਦਾਰ ਤੇ ਲਵ ਦੀ ਪਾਲ ਡਾਕਟਰ ਕਸ਼ਮੀਰ ਸਿੰਘ ਦੀ ਦੀਪ ਸਿੰਘ ਦੀ ਸੰਦੀਪ ਸਿੰਘ ਦੀ ਸਾਹਿਬ ਦਰਬੇਰ ਸਿੰਘ ਦੀ ਤੇ ਜਿਵਿੰਦਰ ਸਿੰਘ ਦੀ ਭਾਗਤਾ ਸਾਰੇ ਦਾ ਬਾਣੀ ਸਿਰਜਣਾ ਦਾ ਜਿਨ੍ਹਾਂ ਵੀ ਕਿਸੇ ਨੇ ਸਹਿਯੋਗ ਦਿੱਤਾ ਨਾ ਵੀ ਸਟੇਜ ਤੇ ਸਭ ਤੋਂ ਬੜਾ ਸਿਆਖ ਤੇ ਲੱਗਣੀ ਹਲੋ ਥੋੜਾ ਸਟੇਜ ਦੇ ਇੱਧਰ ਇੱਧਰ ਸਿਆਖ ਤੇ ਲੋ ਆ ਤੁਹਾਨੂੰ ਆ ਤੁਹਾਨੂੰ ਥੋੜਾ ਇੱਧਰ ਕੋ ਲੋ ਕਰੋ ਬੜੇ ਪਰਵਾਨ ਤੁਹਾਨੂੰ ਨਹੀਂ ਪਰਵਾਨ ਨਹੀਂ ਸਾਹ ਸਕਦੇ ਆ ਔਰ ਥੋੜਾ ਸਟੇਜ ਤੇ ਆ ਸਭ ਤੋਂ ਅੱਗੇ ਔਰ ਮੈਂ ਇੱਕ ਤੁਹਾਨੂੰ ਸਿੱਧੀ ਕਮੇਟੀ ਦੇ ਮੈਂਬਰਾਂ ਦਾ ਵੀ ਇੱਕ ਵਾਰੀ ਧੰਨਵਾਦ ਕਰਦਾ ਫਿਰ ਆਪਾਂ ਕੁਸ਼ਤੀਆਂ ਦੀ ਗੱਲ ਕਰਾਂਗੇ ਔਰ ਸਾਡੇ ਸਤਿਕਾਰ ਦੇ ਅਮੀਰ ਆ ਜਿਨ੍ਹਾਂ ਨੇ ਜਿੰਨਾ ਵੀ ਸਹਿਯੋਗ ਦਿੱਤਾ ਸਾਰਿਆਂ ਦਾ ਧੰਨਵਾਦ ਹੈ ਚਾਹੇ ਕਹਿੰਦੇ 100 ਤੋਂ ਲੱਗ ਕੇ ਹਜ਼ਾਰਾਂ ਤੱਕ ਲੱਖਾਂ ਤੱਕ ਅੱਜ ਇਸ ਸਿੱਧ ਮੇਲੇ ਲੰਚ ਦਾ ਪੰਜ ਦੇ ਪਾਸ ਪੇਪਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਜਿਹੜੀਆਂ ਇਹ ਮੇਰੀ ਵੀਡੀਓ ਰੌਣਕਾਂ ਲੱਗਦੀਆਂ ਹਰ ਸਾਲ ਦੀ ਤਰ੍ਹਾਂ ਇਹ ਸਿੱਧ ਮੇਲਾ ਕੰਗ ਸਾਹਿਬ ਰਾਜ ਦੀ ਧਰਤੀ ਕਿਸੇ ਜਾਣ ਪਹਿਚਾਣ ਦਾ ਮੁਕਾਜ ਨਹੀਂ ਮੈਂ ਪ੍ਰਬੰਧ ਪੀਰਾਂ ਦਾ ਧੰਨਵਾਦ ਕਰਾਂਗਾ ਬਹਾਦਰ ਸਿੰਘ ਜੀ ਸਰਪੰਚ ਸਾਹਿਬ ਠੇਕੇਦਾਰ ਕੁਲਦੀਪ ਸਿੰਘ ਜੀ ਮੁਟਾਰੋ ਬਲਵੀਰ ਸਿੰਘ ਜੀ ਚੇਲਾ ਅਵਤਾਰ ਸਿੰਘ ਜੀ ਰਾਣਾ ਪੱਤਰਕਾਰ ਪੰਜਾਬੀ ਜਾਗਰਣ ਤੋਂ ਵਿਸ਼ੇਸ਼ ਤੌਰ ਤੇ ਕਹਿੰਦੇ ਵੀ ਧੰਨਵਾਦ ਹੈ ਜਸਪਾਲ ਸਿੰਘ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਦਾ ਦੀਪ ਸਿੰਘ ਜੀ ਕਾਂਗਾ ਲਾਚਰ ਸਿੰਘ ਜੀ ਕਾਂਗਾ ਤੇ ਉੱਥੇ ਪਹਿਲਵਾਨ ਚੰਦ ਸਿੰਘ ਜੀ ਕੰਗ ਸਾਡੇ ਸਤਿਕਾਰਯੋਗ ਸਿਮਰਨਜੀਤ ਕਹਿੰਦੇ ਇਸੇ ਨਗਰ ਦਾ ਕੰਗ ਸਾਹਿਬ ਰਾਏ ਦਾ ਮਾਲਾ ਇੱਕ ਵਾਰੀ ਤਾੜੀਆਂ ਵਾਲੋ ਵੀ ਆਪਣੇ ਨਗਰ ਦਾ ਫਾਈਨ ਜਿਹੜਾ ਉੱਥੇ ਨੰਬਰਦਾਰ ਸਾਗਰ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਤੇ ਚੰਦ ਸਿੰਘ ਜੀ ਪਹਿਲਵਾਨ ਥੋੜੇ ਦਿਨ ਪਹਿਲਾਂ ਜਿਹਨਾਂ ਦੀ ਮਾਤਾ ਜੀ ਸਾਡੇ ਕੋਲ ਸਦਾ ਹੀ ਜੁੜੇ ਹੋਏ ਆ ਔਰ ਇਸੇ ਕਰਕੇ ਜੋ ਦੇਸ ਸਾਰ ਵਾਲਾ ਵੱਡਾ ਸਹਿਯੋਗ ਨਹੀਂ ਕਰ ਸਕੇ ਕਿਉਂਕਿ ਬਹੁਤ ਟੈਂਸ਼ਨ ਹੋ ਜਾਂਦੀ ਤੇ ਮਾਂ ਲੋਕੀ ਕਹਿੰਦੇ ਰੱਬ ਦੀਆਂ ਦਾ ਮਾਂ ਲੋਕੀ ਕਹਿੰਦੇ ਮਾਂ ਦਾ ਉਹ ਰੱਬ ਹੁੰਦੀ ਹੈ ਮੈਂ ਤੇ ਕਹਿੰਦਾ ਰੱਬ ਤੋਂ ਵੀ ਵੱਧ ਹੁੰਦੀ ਹੈ ਕਿ ਮਾਵਾਂ ਠੱਡੀਆਂ ਛਾਵਾਂ ਛਾਵਾਂ ਕੌਣ ਕਰੇ ਅਸੀਂ ਮਾਂ ਉਸ ਮਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਸਾਰਾ ਆਪਣੇ ਚਰਨਾਂ ਦੇ ਵਿੱਚ ਰਾਜਮਾਨ ਕਰੇ ਸਿੰਘ ਜੀ ਮਾਂ ਚਾਚੇ ਕੋਲੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਹੁਕਮ ਵਰਤੇ ਔਰ ਹੁਣ ਗੱਲ ਕਰਦੇ ਹਾਂ ਮੱਲਾਂ ਦੀ ਆਪਾਂ ਜਾਂ ਵੀ ਪਰਚੀਆਂ ਲੈ ਲਈਆਂ ਆਪਾਂ ਸਰ ਹਾਂ ਸਿੰਮਾ ਤੇ ਪਾਗਲ ਦਾ ਸਪੁੱਤਰ ਹਾਂ ਮੱਗੀ ਪੁਲਿਸ ਦਾ ਸਾਡੇ ਪੰਜਾਬ ਪੁਲਿਸ ਵਾਲੇ ਵੀਰੋ ਵੀ ਵਿਸ਼ੇਸ਼ ਤੌਰ ਤੇ ਆਏ ਉਹਦੇ ਉਤਾਰ ਹਾਂ ਅਵਤਾਰ ਉਹਨਾਂ ਦੋਸਤਾਂ ਦੇ ਸਿੰਮਾ ਧਾਰੇਗਾ ਇੱਧਰ ਪਾਗਲ ਦਾ ਸਪੁੱਤਰ ਹੈ ਉਹਦੇ ਪ੍ਰਭ ਸਾਡਾ ਵੀਰ ਸਾਡਾ ਪ੍ਰਭ ਵੀਰ ਬੈਠਾ ਜਿਹਨਾਂ ਦੇ ਸਤਿਕਾਰ ਦੇ ਵਿੱਚ ਕਰਨੀ ਵਿਆਸਾ ਦੇ ਵਿੱਚ ਜਿਹਨਾਂ ਵੱਲੋਂ ਬੋਲਟ ਬੋਲਟ ਸੈਟਲ ਅੱਜ ਦਿੱਤਾ ਜਾਣਾ ਔਰ ਮਹਿੰਦਰ ਸਿੰਘ ਜੀ ਇਸਤਾਨ ਨੂੰ ਵਜਦਿਆਂ ਵਧੀਆ ਖਾਰੇ ਵੀ ਚਲਾਉਂਦੇ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਨੀਆਂ ਵੀ ਆਲੋ ਵਰਗੀਆਂ ਸ਼ਖਸੀਅਤਾਂ ਆਈਆਂ ਕਿਆ ਬਾਤ ਹੈ ਜੀ ਧੰਨਵਾਦ ਹੈ ਮਾਲਕ ਦਾ ਉਸ ਪਰਮਾਤਮਾ ਦਾ ਮੈਂ ਵੀ ਜਸਪਾਲ ਕੁੱਕੇ ਇਹ ਵੀ ਆਪਣੇ ਪਿੰਡ ਦਾ ਮੁੰਡਾ ਹਾਂ ਇਹ ਵੀ ਆਪਣੇ ਪਿੰਡ ਦਾ ਮੁੰਡਾ ਮਾਰਕਟ ਸਿੰਘ ਦਾ ਸਪੁੱਤਰ ਹੈ ਔਰ ਸਿੰਮਾ ਵੀ ਕਹਿੰਦੇ ਕੰਗ ਸਾਹਿਬ ਰਾਜ ਦੀ ਧਰਤੀ ਦਾ ਹੁਣ ਪਾਰਟੀਆਂ ਦੇ ਤੋਂ ਆਪਾਂ ਹੋਰ ਬੰਦ ਜਿਹੜੇ ਉਲਾਈਏ ਅੱਜ ਚੋਟੀ ਦੇ ਵੱਲ ਜਿਹੜੇ ਕੰਗ ਸਾਹਿਬ ਰਾਜ ਦੀ ਧਰਤੀ ਤੇ ਪੁੱਜੇ ਕੱਲ੍ਹ ਜਿਵੇਂ ਹੀਰਾ ਦੀ ਧਰਤੀ ਤੇ ਰੌਣਕਾਂ ਲੱਗੀਆਂ 500 ਦਿਨ ਵੀਰੋ ਗੋਪਾ ਰਾਜ ਦੀ ਧਰਤੀ ਤੇ ਸੀ ਉਹ ਤੋਂ ਪਹਿਲੇ ਦਿਨ ਮਿਲੀ ਜਾਓ ਤੇ ਅੱਜ ਜਿਹੜੀ ਤਰੀਕ ਮੇਰੇ ਵੀਰੋ 28 ਤਰੀਕ ਹੈ ਫਰਵਰੀ ਮਹੀਨਾ 2021 ਦਾ ਇਸੇ ਮੇਲਾ ਰੱਖਦਾਤਾ ਵਾਲਾ ਵਾਲੇ ਵੀਰ ਜਿਹਨਾਂ ਦੀ ਮਾਨ ਨੇ ਪਹਾੜ ਹੈਲੋ ਉਧਰ ਸਾਡੇ ਵੀ ਭਿੱਡੇ ਲੱਭਣ ਹੋਣੀ ਬਹੁਤ ਹੋਣੀ ਸਾਡੇ ਵੀਰ ਪਾਦੇ ਨੇ ਆਪਣੇ ਸਾਥੀਆਂ ਦੇ ਨਾਲ ਆਪਣੇ ਮਿੱਤਰ ਮੰਡੀ ਦੇ ਨਾਲ ਆਏ ਹੈ ਨਾਲ ਵੀ ਪਹਿਲਾਂ 20 ਤਰੀਕ
और रख दाता जी की अपार कृपा के मेरा मुझ में कुछ नहीं जो कुछ ऐसे तेरा तेरा तुझको सौंप दो क्या लगे कर मेरा मालकनी आई हुई दुनिया हमेशा अपने मार्ग के भाने मनने पैदे है कि अस्पताल प्रोफेसर मक्कड़ सिंह जी आखते होंगे कि लोग कहते मां का रब होती है मैं तो कहता रब तो भी बात होती है मैं तो कहता रब तो भी बात होती है मेरे बाकी जो आप मनो मेरे भगवानों के नाम भी अनाउंस करिए कलवंत सिंह जी आयो नागरा वाले विशेष तौर पर धन्यवाद है जिन्हों का सपुत्र भी मान ला है और एक जो घर तो भगवानी मिल जाती है इधर बच्चे भुल रहे हैं एक कंग साहब राय वाला हूँ देखते रवि बगे लाल रोड कंग साहब राय वाला हाँ बेरा का चिट्टे रोड के कंग साहब राय की धरती का मान ला है जिस धरती ने कबड्डी के महान खिलाड़ी को सेवा की और भी तीन तो वर्ग कितने वर्ग के खिलाड़ियों ने अंदर तीन तो वर्ग के खिलाड़ियों ने जन्म दिता और भाई जिन्हें भी पहलवान मेरे कुर्सियों से बैठे खाड़े में बैठो पांच बजे ठीक अभी पार्टी की कुश्ती शुरू कर देनी है हाँ जितना भी जानकारी दे रही है भी सभी ग्राम पंचायत संघ कमेटी प्रबंध वीरा वालों ये बेनती है ये तो हाँ जी आदमी मैं बोल रहा हूँ एक बारी फिर बेनती करते हो कि जेरे माले कुश्तियों के बैठे हैं पता नहीं लग रहा सारे सेंट्रल वो पीन खाने में साइड पे बैठ जाए ताकि जिन्हें सेंट्रल ਉਹਨਾਂ ਦੇ ਕੋਲ ਕਰਵਾ ਸਕਣ ਇਸ ਲਈ ਜਿਹੜਾ ਵੀ ਮਾਮਲਾ ਮੁੱਦੇ ਹੋਏ ਸਾਡੇ ਖਾਣੇ ਦੇ ਵਿੱਚ ਕਰੋਂ ਕੇ ਲੋਕ ਖਾਣੇ ਦੇ ਵੀ ਕੋਲੇ ਕੋਲੇ ਦੇ ਬੈਠ ਜਾਣ ਕੋਠੀਆਂ ਦੇ ਵਿੱਚ ਦਾ ਪਤਾ ਨਹੀਂ ਲੱਗਦਾ ਇਸ ਲਈ ਉਹ ਮੁੱਖੇ ਹੱਥੀ ਖਾਣੇ ਦੇ ਸਾਈਡ ਤੇ ਬੈਠ ਕੇ ਕਾਂਗੇ ਤੋਂ ਸੈਕਟਰੀਆਂ ਵਾਂਗ ਸੈਕਟਾਂ ਤੱਕ ਖੋਲ ਲਈ ਲਓ ਜਿੱਦਾਂ ਕਹਿੰਦੇ ਗਾਂਧਰਾ ਵਾਲਾ ਬਹੁਤ ਤਕੜਾ ਵਾਲ ਬਣੇ ਨੌਣ ਵਾਲੇ ਸਮਝ ਦੇ ਵਿੱਚ ਆ ਬਾਪ ਆਪ ਲੱਗੇ ਹੁੰਦੇ ਆ ਮੁਸ਼ਕੀ ਜਿੱਤ ਗਿਆ ਵੱਡੇ ਮਾਨ ਵਾਲੀ ਗੱਲ ਤਾਂ ਵੀਰਿਓ ਕਿ ਜਿੱਤਨੇ ਦਾ ਮਨ ਜਿਹਨੇ ਹੋਵੇ ਜਾਂਦਾ ਤੇ ਫੇਰ ਵਾਦਾ ਹਾਰਾ ਕੋ ਕਿੱਥੇ ਡਾਕਾ ਲੱਗੇ ਬੌੜੀ ਹੋਲੀ ਮੰਜ਼ਲਾਂ ਦੇ ਰਾਹ ਲੱਗਦੇ ਕਰ ਮਿਹਨਤ ਤਾਂ ਹੀ ਹੁੰਦੀ ਹੈ ਚੜਾਈਆਂ ਜਾਗਦੇ ਕਰ ਮਿਹਨਤ ਤਾਂ ਹੀ ਹੁੰਦੀ ਹੈ ਚੜਾਈਆਂ ਜਾਗਦੇ ਮਿਹਨਤ ਕਰਾ ਕੇ ਲਿਆਉਂਦੀ ਮੇਰੇ ਵੀਰੋ ਹਰ ਕੰਮ ਦੇ ਵਿੱਚ ਮਿਹਨਤ ਕਰਾ ਕੇ ਲਿਆਉਂਦੀ ਹੈ ਔਰ ਇਹਦੇ ਬਾਅਦ ਕਿਹੜਾ ਜਿੱਤਿਆ ਵੀ ਹਾਂ ਅਜੇ ਕਿਹਨੇ ਵੀ ਕੋਈ ਨਹੀਂ ਦਿੱਤਾ ਬਰਾਬਰ ਛੱਡਦੇ ਬਾਅਦ ਥੋੜਾ ਇੱਧਰ ਨੂੰ ਆਇਓ ਮੈਂ ਵੀ ਗਿੰਦਿਆ ਗਾਂਧਰਾ ਵਾਲਿਆਂ ਵੀ ਜਿੱਤ ਗਿਆ ਨੌਜਵਾਨਾਂ ਤੁਹਾਨੂੰ ਮੁਬਾਰਕਬਾਦ ਹੈ ਔਰ ਖਾਲਸਾ ਮੀਲਾ ਵੀ ਨਮਨ ਸ਼ਿਲਾ ਵਿਆਪਰੀ ਇੱਕ ਪਾਲਕੀ
जितने भी
इलेक्शन में आएगा नहीं बोला हुई नहीं और गोपी बोला नहीं बोला जब कोई बोला केदार सरकार इसका एक पूरा मरता उसे जीवन भी तो ना हो रहा पूरा मरता मार्च समय जरे जो जी चल से और ही बात साथ से पले थे साथ से सरकार ने गोपी एक भगतान करीता समिता नहीं करता रातों करीता
Yeah.
हर मुख्यमंत्री आप सुनिश्चित हो जाइए तो बच्चे नीलामाल
हरमन पैलन आलमगीर वह भी खालो सलामी लवे हरमन पैलन आलमगीर शुरू हो गए बहुत ही तहरी होती चंदन चंगी चंदन हाथरा कर चंदन चंगी वाला नाल पगू हेलो जीते जीते तेरे को पर्ची थी वो नाम और सलाम नाम पर्ची दे दो और कलमा भाई मेरा कलमा जो भी थोड़े साथी हो एक कलमा देना ना तो के मतलब के लिए कलमा देना विवेक इतिहास है उसकी का एक कलमा मेरा अगर सत्ता है का मान लो ये होता वजह मत पूछे ने टॉप के मत पूछे ने अभी मिले भी कांग सहज आगे सिंह मिले के रब रवि पूजा दे रहा होगा आ रवि पूजा जी एक बारी फारे सब एक टॉप का मन के दरी पिंडा भी शुरू किया काल के बाद बोला से बात में मेरा भी सिंह मिले के टॉप के मत पूछे ने उधर के कांग सहज आगे वो हाँ तुझे उनके सामने बेटी है ये सरजीत सिंह खड़ा इन्हीं दल की बहुत देर तो बीमार है सात साल की बेटी के कारण से जो भी काफी सजा का नाम कर दो अजय सामने के तेरे सोनू भी क्या ना मेरे पल का मालिक आता है सोनू हाथ खड़ा कर दिया क्या चंदन जी बंद एक शायद सूचना है जो होने होने पार्टी सामने एक शायद कुश्ती होकर आती है ओ सतनाम से कहेगा इन्हीं के अमन बंधन के विकार जेरे में जो सतनाम जेतू रियावा उन्होंने स्वर्गवासी सरदार प्रकाश सिंह पिंड कांग साहब राय उन्होंने जो दोता है पीया सिंह मनो परमजीत सिंह पिंड मैरपुर उन्होंने वालों शहर जिला नाम है 11,000 रुपये का दिता गया वा और उन्होंने वालों ही पुष्टि हुई है स्वर्गवासी प्रकाश सिंह के दोता तीरथ सिंह सानो परमजीत सिंह उन्हें वालों शहरी पुष्टि थी जो 11,000 रुपये का नाम थी वो प्रबंधक कमेटी वालों ने पहलवानों ने दिता जा रहा सतनाम सिंह गगा के लिए अमन खंडन धन्यवाद लाइव वाले बात के सरकार ने सरकार बना के अमन जंगल दे बहुत ही बढ़िया मुकाबले चल रहे थे और तो सारे स्टैंडिंग वाली है का और वजह बात है सारे ਨਾਲ ਕਿਤੇ ਵੀ ਧੀਰਾ ਪੈਦਾ ਹੁੰਦਾ ਕੁਲਵੰਤ ਕਾਂਗਰਾ ਤੇ ਸਾਡੇ ਕਤਾਰਾ ਭਾਜੀ ਤੇ ਨਾਲ ਜੱਸਾ ਮੇਰਾ ਵੀ ਪਿੰਦਰ ਕਾਂਗਰਾ ਜੋ ਕਿ ਧੀਰੇ ਭਗਵਾਨ ਦਾ ਪੁੱਤਰ ਹੀਰਾ ਵਾਲਾ ਕੁਲਵੰਤ ਭਗਵਾਨ ਦਾ ਪੁੱਤਰ ਆਲੀ ਕੋਸੀ ਬੱਲੇ ਬੱਲੇ ਬਹੁਤ ਮੇਰ ਮੇਂ ਜੋ ਕਰਦਾ ਚੰਦਨ ਵਾਲੀ ਬਾਤ ਗਿਆ ਵੀ ਇਹ ਚੰਦਨ ਬੱਲੇ ਬੱਲੇ ਨਵੀਂ ਸਾਹਮਣੇ ਪਾਇਆ ਮਾਤਾ ਚੰਦਨ ਬੱਲੇ ਆਸਮ ਸੁਣ ਕੋਲ ਆਸਮ ਹੱਥਰਾ ਕਰ ਲਿਆ ਨਾਲ ਕਿਹਦੇ ਵੀ ਸੋਨੂ ਮਲਿਆ ਇਹ ਜਿਹੜੀ ਕੋਸ਼ਿਸ਼ ਹੋ ਜਾਰੀ ਹੈ ਬਹੁਤ ਹੀ ਵਧੀਆ ਮੁਕਾਬਲੇ ਔਰ ਸਾਰੇ ਪਾਤਸ਼ਾਹ ਦੇ ਵਿੱਚ ਚੱਲਦੇ ਸੀ ਬਾਪੂ ਪੂਰੀ ਮਾਈ ਜੀ ਆਵੇ ਜੀਦਾ ਤੋਤੇ ਜੀ ਨਾਲ ਜਾਵੇ ਚਾਰ ਪੱਕੜੇ ਦਾ ਵੀ ਪਾਣਾ ਹੀ ਪੈਂਦਾ ਜੇ ਪੁੱਤ ਨੂੰ ਭਗਵਾਨ ਬਣਾਵਾ ਘਰ ਦਾ ਨਹੀਂ ਕਹਿੰਦੇ ਭਗਵਾਨ ਹੀ ਪੈਂਦਾ ਕੰਨ ਮਕਾਨੇ ਚੱਲਦੇ ਨੇ ਵੇਖਾਂਗੇ ਵੀ ਕੀ ਗੱਲ ਬਣਦੀ ਕੁਸ਼ਤੀ ਦੀ ਤਨ ਮੇ ਦਾ ਟਾਈਮ ਆ ਦੀਨ ਤਨ ਮੇ ਦਾ ਟਾਈਮ ਆ ਕੁਝ ਕੁਝ ਟੰਡਾ ਪੈਣਾ ਨਹੀਂ ਸੰਤੋਸ਼ ਨਹੀਂ ਕਹਿੰਦੇ ਇਹ ਤਨ ਮੇ ਦਾ ਟਾਈਮ ਆ ਤਾਂ ਕੰਨ ਵੀ ਬਣਦੀ ਲੋਜੀ ਕੋਸੀ ਪਰ ਐਸੇ ਹੋ ਜਾ ਰਹੀ ਸੀ ਸਤਸੰਗ ਸਵਾ ਜੀ ਕਹਿੰਦੇ ਅੱਜ ਦੇਖੋ ਆਦਮੀ ਕੋ ਚੰਨ ਮੇਲਾ ਟਾਈਮ ਆ ਮੰਗੇ ਆ ਜਿਹੜਾ ਇਹ ਦੱਸਾਂ ਗਿਆ ਤਾਂ ਬੰਦੇ ਦੀ ਗੱਲ ਪਰ ਫੁੱਲੀ ਤੇ ਔਰ ਕੋ ਪਰ ਕੀ ਜਾਂਦੀ ਕਿੰਦਾ ਵਿੱਚ ਮਕਾ ਪੇਟ ਲੋੜ ਪੈਂਦੀ ਏ ਪੁੱਤ ਦੇ ਕੰਦੇ ਦੀ ਸਮਾ ਇੱਕ ਐਸੀ ਚੀਜ਼ ਜੋ ਪੱਤ ਕਰਾ ਦੇ ਪੰਦੇ ਦੀ ਜਦੋਂ ਮਾਪੇ ਘਰੋਂ ਕੱਢ
ਲੰਬਾ ਸਾਧ ਸਿੰਘ ਜੀ,
ਨਾਲ ਸਾਡੇ ਸਰਪੰਚ ਸਾਹਿਬ ਸਰਦਾਰ ਦਲਵੀਰ ਸਿੰਘ ਜੀ ਲੋਕੇ ਧੰਨਵਾਦ ਨੇ ਸਾਡੇ ਗੁਰਜਿੰਦਰ ਸਿੰਘ ਜੀ ਪੰਚ ਤੇ ਦਰਸ਼ਨ ਜਾਣ ਦੇ ਲੋ ਇੱਧਰ ਸਾਡੇ ਨਿਸ਼ਕਰ ਭਾਂ ਜੀ ਰੋਗਾ ਯੂਮੇ ਬਾਪਾ ਦੇ ਲਾੜੀ ਬਹੁਤ ਹੀ ਵਧੀਆ ਬਸਤੀ ਇੱਕ ਬੰਦੇ ਨੇ ਵੀ ਰੋਹਿਤ ਮਹਿਮਾਨ ਆਹ ਖਾਰਾ ਲੱਖਾਂ ਜਿੱਥੇ ਜਿਹੜੇ ਵੀ ਗੋਪੀ ਪਵਾਨ ਜਾਂ ਤਲਾ ਹੋਇਆ ਨੇ ਨਾਲ ਜਿਹੜੇ ਵੀ ਇਹ ਸੰਨੀ ਪਹਿਲਵਾਨ ਸ਼ੰਕਰ ਵਾਲਾ ਮਨਜੀਤ ਮਾਤਾ ਪਾਰਵਤੀ ਤਿਆਰ ਆ ਤੇ ਕਹਿੰਦੇ ਮਹਤਾਬਾ ਵੀ ਤਿਆਰ ਆ ਨਾਮ ਕੁੜੀਆ ਮੈਂ ਇੱਕ ਜ਼ਰੂਰੀ ਸੂਚਨਾ ਵਾਲਾ ਮੱਲਾ ਵਾਸਤੇ ਜਿਹੜੇ ਸਾਡੇ ਸੈਕਟਰ ਆ ਕੁਸ਼ੀਏ ਘਰਵਾਲਾ ਅਗਲੇ ਮੱਲਾ ਨੂੰ ਅਸੀਂ ਇਹ ਬੇਨਤੀ ਕਰਦੇ ਸਾਡੇ ਸਿਰਫ ਦੋ ਝੰਡੇ ਵਾਲੇ ਆ ਝੰਡੇ ਵਾਲੇ ਕੁਸ਼ਤੀਆਂ ਦੋ ਲੋਕ ਕੀਤੀਆਂ ਇੱਕ ਨੰਬਰ ਔਰ ਦੋ ਨੰਬਰ ਕੋਈ ਦੂਜੀ ਕੁਸ਼ਤੀ ਨਹੀਂ ਹੈ ਪੱਕੇ ਦੀਆਂ ਝੰਡੀ ਵੀ ਨਾ ਹੀ ਕੋਈ ਸ਼ਾਹੀ ਕੁਸ਼ਤੀ ਆ ਇਸ ਲਈ ਜਿਹੜੇ ਮੱਲ ਆਏ ਆ ਉਹਨਾਂ ਨੂੰ ਦੋ ਸੈਕਟਰ ਆ ਘੋਲਣ ਕਿਉਂਕਿ ਸ਼ਾਇਦ ਅਸੀਂ ਕੋਈ ਕੁਸ਼ਤੀ ਨਹੀਂ ਕਰਵਾਉਣੀ ਹੈ ਲੋਟ ਕਰ ਲੈਣ ਮੱਲ ਫਿਰ ਜਿਹਨਾਂ ਨੇ ਘੋਲਣਾ ਵਾ ਉਹ ਆ ਕੇ ਵੀ ਇਹਨਾਂ ਸੈਕਟਰਾਂ ਨੂੰ ਮਿਲ ਲੈਣ ਕੋਈ ਸ਼ਾਹੀ ਕੁਸ਼ਤੀ ਨਹੀਂ ਹੈਗੀ ਤਾਂ ਨਾ ਤੀਸਰੀ ਨੰਬਰ ਦੀ ਕੋਈ ਕੁਸ਼ਤੀ ਆ ਧੰਨਵਾਦ ਮੇਜਰ ਸਿੰਘ ਜੀ ਕਾਂਗਾ ਸਾਨਵ ਤਾਰਾ ਸਿੰਘ ਜੀ ਕੰਗ ਜਿਹਨਾਂ ਵੱਲੋਂ ਇੱਕ ਮੋਟਰਸਾਈਕਲ ਜਿਹੜਾ ਉਹ ਸਾਹਮਣੇ ਚਮਕਾ ਮਾਰਦਾ ਤੇ ਸਤਨਾਮ ਸਿੰਘ ਜੀ ਲਾਲੀ ਯੂਐਸਏ ਵਾਲੇ ਬੁਲਟ ਮੋਟਰਸਾਈਕਲ ਦੇਣਾ ਆਓ ਸਾਹਮਣੇ ਇੱਕ ਲੱਖ ਡੇਢ ਲੱਖ ਦੇ ਕਰੀਬ ਮੇਰੇ ਵੀਰੋ ਇੱਕ ਲੱਖ ਤੋਂ ਉੱਪਰ ਦੀ ਰਾਸ਼ੀ ਦਾ ਡੇਢ ਲੱਖ ਦੇ ਕਰੀਬ ਮੋਟਰਸਾਈਕਲ ਬਣਦਾ ਔਰ ਇਹ ਕਹਿੰਦੇ ਵੀ ਰੋਜੀ ਆਪਸੀ ਆਖਾ ਤੇ ਪ੍ਰਿੰਤਪਾਲ ਗੁਰਦੁਆਰੇ ਦੀ ਕੁਸ਼ਤੀ ਦੇ ਲਈ ਬੁਲਟ ਮੋਟਰਸਾਈਕਲ ਕਿਸ ਘੁੰਮਣ ਘੁੰਮਾਉਣ ਲਈ ਤੇ ਥਾਰ ਰੱਖੀ ਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਲਈ ਬੁਲਟ ਤਾਂ ਰੱਖਿਆ ਹਾਂਜੀ ਮੇਜਰ ਸਿੰਘ ਜੀ ਕੰਗ ਸਾਹਿਬ ਪਲੀਜ਼ ਸਟੇਜ ਤੇ ਆ ਜਾਣ ਮੇਜਰ ਸਿੰਘ ਜੀ ਕੰਗ ਸਾਨੂੰ ਤਾਰਾ ਸਿੰਘ ਜੀ ਕੰਗ ਪਲੀਜ਼ ਸਟੇਜ ਤੇ ਆ ਜਾਣ ਸੂਰਜ ਪਹਿਲਵਾਨ ਪਠਾਨਕੋਟ ਸਤਨਾਮ ਸਿੰਘ ਜੀ ਲਾਲੀ ਜੀਵਨ ਸੇ ਸਾਨੂੰ ਸਰਦਾਰ ਕਰਤਾਰ ਸਿੰਘ ਜੀ ਕੰਗ ਬੁਲਟ ਮੋਟਰਸਾਈਕਲ ਜਿਹਨਾਂ ਵੱਲੋਂ ਦਿੱਤਾ ਜਾਣਾ ਔਰ ਸਤਨਾਮ ਸਿੰਘ ਜੀ ਲਾਲੀ ਜੀਵਨ ਸੇ ਉਹਨਾਂ ਦਾ ਸਪੁੱਤਰ ਪ੍ਰਭਜੋਤ ਕੰਗ ਵੀ ਬੈਠਾ ਮੰਚ ਦੇ ਚਰਨ ਕੰਗ ਜੀ ਪਹਿਲਵਾਨ ਗਏ ਆ ਅਖਾੜੇ ਦੇ ਵਿੱਚ ਰਕਸੀਰ ਸਿੰਘ ਜੀ ਕੰਗ ਸਾਬਕਾ ਸਰਪੰਚ ਜਿਹਨਾਂ ਦੇ ਸਪੁੱਤਰ ਦੇ ਬਹੁਤ ਤਕੜੀ ਕੁਸ਼ਤੀ ਲੜੀ ਰਕਸੀਰ ਸਿੰਘ ਕੰਗ ਸਾਬਕਾ ਸਰਪੰਚ ਔਰ ਸ਼ਿੰਦਾ ਕੰਗ ਜੀ ਇਸ ਪਰਿਵਾਰ ਦਾ ਵੀ ਧੰਨਵਾਦ ਹੈ ਔਰ ਮਾਤਾ ਜੀ ਪਿਛਲੇ ਦਿਨ ਵਿਛੋੜੇ ਸੀਗਾ ਉਸ ਮਾਲਕ ਦੇ ਭਾਣੇ ਮੰਨਣੇ ਪੈਂਦੇ ਆ
बहादुर सिंह जी सरपंच साहब, ठेकेदार गुरवीर सिंह जी बुठारू, बलवीर सिंह जी चेता, बहुत ही सत्कार अवतार सिंह जी राणा, पत्रकार पंजाबी जागरण, जसपाल सिंह जी कुक्का, यूथ श्रोमणी अकाली दल पार्टी के सर्कल प्रधान जिला रोपड़ के सन वीर कबड्डी के महान खिलाड़ी, कदे नैशनल कॉलेज की ग्राउंड गल वीरियो बड़िया मल्ला मारिया, गुरविंदर सिंह जी पांचा, तीर्थ सिंह जी कांगा, दर्शन सिंह जी कांगा, सागर सिंह जी लंबड़दार आए हुए हैं, बलिया तो विशेष तौर पर अभी जिम्मेवार निभा रहे हैं। सरदार सागर सिंह जी कांग साहब उन्होंने भी विशेष तौर पर धन्यवाद है। लंबड़दार जी साहब, सरदार सागर सिंह जी लंबड़दार इधर मेजर भलवान जी आए हुए स्थान योग कि जिन्ना चिर ठोकरा नहीं खाता उन्ना चिर नहीं बंदा इंसान बनता, फिर जीना की रब की मेहर हो जाए बंदा आन के फिर भलवान बनता, बंदा आन के फिर भलवान बनता। कि सिदक धार के नाल यकीन आया असी चेलने तुसी पीर साई, जिना मुरछ का रानी हाथ आवे ते दुधा वाजना रिज दी खीर साई, दुधा वाजना रिज दी खीर साई। ऐन कहते राजा कांगर साउंड सर्वस है, अज कांगर साहब राय दिया गलिया में ठा ठा की आवाज आ रही है, ऐन कहते जमे जग की मुंबई मुंबई साउंड कर रही है, बड़ा ही स्वाद आ रहा बोलने का। दुर्गर सिंह जग मैं कांगर लैव श्री पैदा अठारह लख श्री पैदा कर रही सोनू मुझे भी अली किया सोनू पैदा अली बोले धन्यवाद है और ना भी नहीं दसिया कि सच्चे पातशाह की मेहर है, मान का भी नाम जानता नवी चंग्याड़िया और चंग्याड़े नाल कुश्ती दिखा दो चंग्याड़िया और रेतू के नाल मुकाबला रेतू से चंग्याड़ हेलो वजीता पहलवान जी आए हुए शाहकोट वाले कहते दोस्त मेहनत पहलवान मेहरदीप जी जिन्हें सपुत्र है। मैं मेजर भलवान जी को पूछा एक मिनट भी साहब
ਕਦੇ ਤਾਰਾ ਸਿੰਘ ਐਨ ਕਹਿੰਦੇ ਕਦੇ ਪੰਜਾਬ ਦੀ ਰਗੜੀ ਧਰਤੀ ਔਰ ਕਹਿੰਦੇ ਵੀ ਗੱਲਾਂ ਹੋਈਆਂ ਤੇ ਵੀਡੀਓ ਵੱਡੇ ਮਜ਼ਾ ਦੀਆਂ ਔਰ ਕਦੇ ਸ਼ਰਮਤ ਖਾਂਦੀ ਬਹੁਤ ਹੀ ਵਧੀਆ ਕਸੀ ਬੱਲੇ 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 ਕੁਸ਼ਤੀ ਜੰਮੂ ਵਾਲਿਆ ਆ ਗਿਆ ਇੱਕ ਲਾਡੀ ਹੈ ਬਾਬੇ ਬਕਾਲੇ ਵਾਲਾ ਲੈਣੀ ਕਹਿੰਦੇ ਇੱਕ ਵਧੀਆ ਗੱਲਾਂ ਦੇ ਨਾਲ ਵੀ ਬਜੁਰ ਪਾਇਦਾ ਬੱਲੇ ਬੱਲੇ ਹੋਈ ਨਾ ਆਉਂਦਾ ਜਿੱਤਾਂ ਜਿਹੜੀ ਵੀ ਗੱਲ ਬੰਦੀ ਕੋਈ ਨਵੀਂ ਦਾਸ ਜੀ ਨੂੰ ਸਾਰੇ ਵੀ ਲੈ ਕੇ ਆਓ।
और जिले पहलवान को पत्तियों ने बहुत ही अच्छा मुकाबले चलते थे। कई बार के बच्चे लोग मामा जी गल होती है जिकल जरूरी होता को उसकी देखा नहीं था और क्या मिले सबसे पता चला चुके होती है पर बनाने बनाने बदलू जवानी का प्रीतम रास्ता लाके यूसा जोहर करना पड़ता मंजिला वाला रास्ता हमारा करो साली का सोरों का लगा लगा जा मैंने बताजू पर लगा देते हो पहला के सबसे मैंने जवानी का चलिया जा करना का नहीं कोशिश होगी क्या करो यात्री कुल बले 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 पर हाले नहीं हाले नहीं पर जान का मैं लोग दे तो जगह साली का अच्छा में चल के भी ट्रैवल ये जब भी कोई ये तुम रहते हैं ना ਸਾਡੇ ਜਸਪਾਲ ਸਿੰਘ ਜੀ ਗੁਰਵਿੰਦਰ ਸਿੰਘ ਜੀ
मैमरपल जैत ते तीर्थ सिंह जी कांग दर्शन सिंह जी और चरण सिंह जी पहलवान सानो सतारू सी सिंह जी कांग सबका सरपंच ते सागर सिंह जी लंबड़दार बलवीर सिंह जेला ओदे सदे पंजाबी जागरण तो पत्रकार अवतार सिंह जी राणा वड्डियां जिम्मेवारियां निभारिया ने गुरमेल सिंह जी इन्हां दा धन्नवाद है सारे रिस्पेक्टेड है समय समय के नाल आपां सारयां दा धन्नवाद करदे केंद्र भी काश पहलवान और थारा रोश में पहलवान मेरे दिल में जीते पहलवान दा पता जरा और जसपाल का लेवल सेट किया फिर दूसरे मेरे स्टेज वाले बने यंग कथा पहल अजनाले वाला जेडी सामने कोशिश चलती पई बहुत ही बढ़िया मुकाबला चलता पिया देखा मेरी की गल बनदी कुश्ती दी गुरमेल सिंह जी कांग साहब इधर आ जाओ उधर कहंदे मनोहर लाल बैंस जी ਸਾਬਕਾ ਸਰਪੰਚ ਹੇਰਾ ਵਾਲੇ ਤੇ ਨਾਲ ਕਹਿੰਦੇ ਸਾਡਾ ਵੀਰ ਵਿੱਕੀ ਬਲੈਟੀਆ ਤੇ ਜੈਮਲ ਕੰਗ ਜੀ ਕੱਲ ਹੇਰਾ ਵਿੱਚ ਪੱਟੇ ਮਾਰ ਕੀਤੇ ਆ ਨਾਲ ਸ਼ੀਰੇ ਹੁਣੀ ਪੁੱਜੇ ਸਾਰੇ ਵੀਰਾਂ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਸਾਡੇ ਰਿਸਪੈਕਟਡ ਵੀਰ ਆਏ ਆ ਲਵੀ ਮਨੋਹਰ ਜੀ ਅੱਗੇ ਆ ਜਾਓ ਧੰਨਵਾਦ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਪੁੱਜੇ ਆ ਔਰ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਲਵੀ ਸ਼ੀਰਿਆ ਮਹਿਫਲਾਂ ਵੀ ਯਾਰਾਂ ਦੀਆਂ ਮਸ਼ਹੂਰ ਹੈ ਯਾਰ ਯਾਰੀਆਂ ਤੋਂ ਯਾਰ ਮਾਰਦੇ ਯਾਰ ਯਾਰੀਆਂ ਤੋਂ ਜਿੰਦ ਜਾਨ ਮਾਰਦੇ ਉਹਦੇ ਸਾਡੇ ਨਾਲ ਮੰਗ ਭਾਈ ਸਾਡੇ ਸਰਦਾਰ ਮਨੋਹਰ ਸਿੰਘ ਜੀ ਔਰ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪੁੱਜ ਗਏ ਨੇ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਰੱਖਾਂਗੇ ਜੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਪੁੱਜੇ ਨੇ ਸ੍ਰੋਮਣੀ ਅਕਾਲੀ ਦਲ ਦੇ ਉਹਨਾਂ ਦਾ ਵੀ ਧੰਨਵਾਦ ਰੱਖਾਂਗੇ ਮਨੋਹਰ ਸਿੰਘ ਜੀ ਬੈਂਸ ਸਾਹਿਬ ਧੰਨਵਾਦ ਨੇ ਲੱਖਾ ਪਹਿਲਵਾਨ ਤੇ ਨਾਲ ਆਕਾਸ਼ ਪਹਿਲਵਾਨ ਇੱਕੀ ਸੌ ਰੁਪਇਆ ਅੱਜ ਦੀ ਇਸ ਛਿੰਝ ਕਮੇਟੀ ਵਾਸਤੇ ਸਾਡੇ ਵੀਰ ਜੈਮਲ ਸਿੰਘ ਜੀ ਕੰਗ ਜੂਕੇ ਨਾਲ ਮਨੋਹਰ ਲਾਲ ਬੈਂਸ ਸਾਬਕਾ ਸਰਪੰਚ ਤੇ ਯੂਥ ਅਕਾਲੀ ਦਲ ਪਾਰਟੀ ਦੇ ਜਿਹੜੇ ਸੀਨੀਅਰ ਫਿਰ ਵੀਰੋ ਆਗੂ ਹੈ ਔਰ ਨਾਲ ਸਾਡੇ ਵਿੱਕੀ ਬਲੈਟੀਆ ਜੀ 2100 ਰੁਪਈਆ ਦੇ ਰਹੇ ਨੇ ਨਵੀਂ ਰਾਜੀ ਉੱਥੇ ਕਰਦੇ ਜਿੱਥੇ ਪਹਿਲਾਂ ਸੀ ਨੌਜਵਾਨਾਂ ਬੜੀ ਪਿਆਰੀ ਤੇਰੀ ਸੌਂਡ ਹੈ ਮਨੋਹਰ ਲਾਲ ਬੈਂਸ ਜੀ ਉਹਨਾਂ ਦਾ ਧੰਨਵਾਦ ਹੈ ਜੈਮਲ ਸਿੰਘ ਜੀ ਕੰਗ ਜੂਕੇ ਤੇ ਨਾਲ ਵਿੱਕੀ ਬਲੈਟੀਆ ਚਰਨ ਭਾਜੀ 2100 ਰੁਪਈਆ ਇਹਨਾਂ ਵੱਲੋਂ ਅੱਜ ਦੇ ਇਸ ਛਿੰਝ ਮੇਲੇ ਲਈ ਵੱਡੇ ਸਹਿਯੋਗ ਹੈ ਮਾਲਕ ਚੜ੍ਹਦੀ ਕਲਾ ਵਿੱਚ ਹੇਰਾ ਪਿੰਡ ਵਾਲੇ ਆਏ ਆ ਉੱਧਰ ਸਾਡੇ ਸੰਤਾ ਵੈਲਕਮ ਦੀਆਂ ਜੀ ਸਾਡੇ ਬਹੁਤ ਸਤਿਕਾਰਯੋਗ ਮਨੋਹਰ ਲਾਲ ਬੈਂਸ ਸਾਬਕਾ ਸਰਪੰਚ ਹੇਰਾ ਪੁੱਜੇ ਆ ਜੀ ਉਹਨਾਂ ਦੇ ਨਾਲ ਆਪਣੀ ਟੀਮ ਦੇ ਨਾਲ ਪੁੱਜੇ ਆ ਨਾਲ ਜਸਵੀਰ ਸ਼ੀਰਾ ਜੀ ਦਾ ਧੰਨਵਾਦ ਉਹਨਾਂ ਦੇ ਨਾਲ ਉਹਨਾਂ ਵੱਲੋਂ ਜੋ ਸਾਡੇ ਪਿੰਡ ਦੇ ਨੌਜਵਾਨ ਆ ਜੈਮਲ ਸਿੰਘ ਸਾਨੂੰ ਕਰਮ ਸਿੰਘ ਉਹਨਾਂ ਵੱਲੋਂ 2100 ਰੁਪਇਆ ਸਪੈਸ਼ਲ ਜਿਹੜਾ ਇਨਾਮ ਦਿੱਤਾ ਗਿਆ ਵਾ ਯੋਗਦਾਨ ਦਿੱਤਾ ਗਿਆ ਵਾ ਧੰਨਵਾਦ ਕਰਦੇ ਹਾਂ ਜੈਮਲ ਸਿੰਘ ਕੰਗ ਦਾ ਜਿਹਨਾਂ ਨੇ ਕਮੇਟੀ ਨੂੰ 2100 ਰੁਪਇਆ ਯੋਗਦਾਨ ਦਿੱਤਾ ਵੈਲਕਮ ਮਨੋਹਰ ਲਾਲ ਜੀ ਆ ਜਾ ਰਹੇ ਸਾਹਮਣੇ ਵੀ ਕੁਸ਼ਤੀ ਕਹਿੰਦੇ ਵੀ ਕਾਲੇ ਰੰਗ ਦੇ ਕੈਦ ਵਿੱਚ ਰੰਗ ਲੱਖਾਂ ਵਾਲਾ ਕੁਸ਼ਤੀ ਇਹ ਸੰਤਾ ਸਿੰਘ ਜੀ ਇਹ ਸਾਹਿਬ ਸਰਪੰਚ ਸਾਹਿਬ ਕਹਿੰਦੇ ਵੀ ਸਟੇਜ ਤੇ ਆ ਜਾਓ ਇੱਧਰ ਮਨੋਹਰ ਲਾਲ ਬੈਂਸ ਜੀ ਬੁਲਾ ਰਹੇ ਨੇ ਕਹਿੰਦੇ ਸਟੇਜ ਤੇ ਆ ਜਾਓ ਹੇਰਾ ਪਿੰਡ ਵਾਲੇ ਸਾਡੇ ਸਰਕਾਰ ਦੇ ਵੀਰ ਬੁਲਾ ਰਹੇ ਨੇ ਹਾਂਜੀ ਦਵਿੰਦਰ ਜੀ ਕਰੋ ਗੱਲ ਜਿਹੜੀ ਕੁਸ਼ਤੀ ਨਹੀਂ ਹੋਈ ਪਲੀਜ਼ ਆ ਜਾਓ ਆਪਾਂ ਪੱਕੇ ਦੀਆਂ ਕੁਸ਼ਤੀਆਂ ਸ਼ੁਰੂ ਕਰਵਾ ਦੇਣੀਆਂ ਪਲੀਜ਼ ਮੇਰੀ ਬੇਨਤੀ ਹੈ ਮੈਂ ਬੇਨਤੀ ਕਰਾਂਗੀ ਜਿਹਨਾਂ ਪਹਿਲਵਾਨਾਂ ਨੂੰ ਪਾਰਟੀਆਂ ਮਿਲ ਚੁੱਕੀਆਂ ਇਹ ਤਾਂ ਕੁਸ਼ਤੀ ਨਹੀਂ ਕੀਤੀ ਪਲੀਜ਼ ਜੋ
खाने के लिए आ जाए लखदाता जी की अपार कृपा के नाल अज कम चल रहा है धरती से रौनक लगिया कि पैदा कीतिया 84 लाख जूना तू धरती की कुख अंदरों किड़े ढंग आत्मा जगाई तू हड्डिया के बोके अंदरों आपे करके तैयार हथी मूर्त आपे ही फिर ढोन वाले तेरी रचना तो बारे बारे जावा दुनिया बनाने वाले तेरी रचना तो बारे बारे जावा रब कमाने वाले लो कुश्तियां बड़े पाल प्रितपाल बगवाड़ा वो भी पुज चुके ने ते रोजी आर सी एफ दे विचकार बुलेट मोटरसाइकिल की कुश्ती है पहलवान सुरजीत सिंह जी बाबड़िया वाले वही पुजे है जे मल्ला दिया खिडारियां दिया कविता गाते हैं इधर सा कंग भी अज नैन खुश है धरती से पैर नहीं लगते सतनाम सिंह जी लाली यूएसए सानापा करतार सिंह जी कांगा जिन्हों वालों बुलेट मोटरसाइकिल में वीडियो दिता जाना बड़े माण वाली गल है और मेजर सिंह जी कांग साना तारा सिंह जी कांगा जिन्हों वालों मोटरसाइकिल दिता जाना हाँ जी माइक वोटू और सामने
साहब शमी फगवाड़ा के नाल करमा मेला इन्हों की कुश्ती होगी मीका वालों की रविंदर जाडला का मीका वालों की रविंदर जाडला और शमी फगवाड़ा के करमा मेला छत्तर पहलवान जी निछत्र सिंह की पाठ ऐलान कराने भी पांच चेत पाठा के छज मेला होगा सदे हुए जो मन उन्होंने कुश्तियां होगी सदे चरण सिंह जी कंग साहब मामा जी आए हुए है मामा जी आए हुए निछत्र सिंह की पाठ मैं जो पक्के पहलवान आ ਝੰਡੀਆਂ ਦੇ ਕੁਸ਼ਤੀ ਦੇ ਪਹਿਲਵਾਨਾਂ ਨੂੰ ਬੇਨਤੀ ਆ ਕਿ ਉਹਨਾਂ ਦਾ ਕਿਹੜਾ ਜਿਹਾ ਕਰਾਉਣਾ ਆ ਖਾਣੇ ਦਾ ਤੇ ਉਹ ਜਲਦੀ ਤੋਂ ਜਲਦੀ ਸਟੇਜ ਤੇ ਪੁੱਜਣ ਦੀ ਕਿਰਪਾ ਕਰਨ ਝੰਡੀ ਦੇ ਪਹਿਲਵਾਨ बहुत जल्दी सामने पट्टी कुछ
ਕਿਸ਼ਤੀਆਂ ਜਿਹੜੀਆਂ ਵਾ ਝੱਟੀਆਂ ਦੀਆਂ ਕਿਸ਼ਤੀਆਂ ਸ਼ੁਰੂ ਹੋਣ ਜਾ ਰਹੀਆਂ ਵਾ ਤੇ ਉਸ ਤੋਂ ਪਹਿਲਾਂ ਜੋ ਅਖਾੜੇ ਦੀਆਂ ਕਿਸ਼ਤੀਆਂ ਕਰਨੀਆਂ ਨੇ ਬੜੀਆਂ ਸ਼ਾਨਦਾਰ ਕਿਸ਼ਤੀਆਂ ਹੋਣੀਆਂ ਵਾ ਤੇ ਦਰਸ਼ਕਾਂ ਦਰਸ਼ਕਾਂ ਦੇ ਵਿੱਚ ਹੋਗਾ ਤੇ ਇਸ ਤੋਂ ਬਾਅਦ ਸ਼ਮੀ ਫਗਵਾੜਾ ਤੇ ਕਰਮਾ ਵੇਲਾ ਵੀ ਕਰ ਕਿਸ਼ਤੀ ਹੋਣ ਜਾ ਰਹੀ ਆ ਤੇ ਨਾਲ ਮੀਤਾ ਵਾਲਾ ਵੀ ਤੇ ਅੰਦਰ ਜਾਗਰਾ ਵਿਚਾਰ ਹੋਵੇਗੀ ਤੇ ਨਾਲ ਝੱਟੀ ਵਾਲੇ ਗੱਲਾਂ ਕਮੇਟੀਆਂ ਜੇ ਉਹ ਤਿਆਰ ਹੋ ਕੇ ਜਾਂ ਸਨੇਵਲ ਮੁੰਡੇ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਜੇਤੀ ਪਾ ਸਕੀਏ ਤਾਂ ਕਿਤੇ ਨਾਲ ਦੇ ਪੱਕੀਆਂ ਟਾਈਮ ਸੈਲੀ ਦੇ ਸ਼ੁਰੂ ਹੋ ਸਕਣ ਔਰ ਸਮੇਂ ਤੇ ਤੁਸੀਂ ਸਿਆਰ ਰਾਜਨ ਜੀ ਪਾਜੀ ਕਰਾਉਣ ਰਾਜਨ ਆਹ ਵੀ ਕਮਲ ਸਿਆਰੀ ਰਾਜ ਬਾਉਂ ਦਾ ਮਹਾਲੀ ਆ ਬਾਉਂ ਦਾ ਜੀ ਖਾਲੀ ਗਾ ਵੀ ਕਿੱਥੇ ਇੱਕ ਕੁਸਤਰੀ ਖਾਲੀ ਪਾਸਾ ਜੋਗੇ ਹਰਮਨ ਪਾਰਵਾ ਆਲਕੀ ਹਰਮਨ ਪਾਰਵਾ ਜੀ ਖਾਲੀ ਜਾਓ ਇੱਕ ਦੇ ਨੰਬਰ ਦੀ ਝੰਡਾ ਕਰ ਚੁੱਕਾ ਭਪਿੰਦਰ ਕਿੱਥੇ ਹੋ ਜੀ ਨਾਲੇ ਵਾਲਾ ਭਪਿੰਦਰ ਪਾਲ ਭੱਜ ਨਾਲਾ ਹਰਮਨ ਪਾਰਵਾ ਜੀ ਖਾਲੀ ਜਾ ਵੀ ਨੇ ਇੱਕ ਦੇ ਨੰਬਰ ਦਾ ਵੀਰ ਬਣ ਗਏ ਹਰਮਨ ਪਾਰਵਾ ਆਲਕੀ ਤੋ ਨਿਵਰੇ ਤੋਂ ਨਿਵਰੇ ਕਰ ਲਓ ਇਧਰ ਦਲਪਤ ਪਾਣੀ ਮਾਰੋ ਯੋ ਕਰੇ ਇਸ ਕੰਮ ਦਾ ਮਨ ਤੇ ਵੀ ਹਰ ਮਨ ਪੈਰ ਮਨ ਆਸੂਗੀ ਆਪ ਤੇ ਮਿਲ ਕੇ ਤੇ ਵੀ ਅਜ ਨਾਲ ਵਾਲਾ ਤੋਂ ਮਿਲ ਪੈਰ ਵਾਲਾ ਅਜ ਨਾਲ ਆ ਸਾਰੀ ਜੀ ਹਰ ਪੂਰੀ ਪੂਰੀ ਤੋਂ ਮਿਲ ਪੈਰ ਵਾਲਾ ਅਜ ਨਾਲ ਆ ਹੋ ਵਾਜੀ ਨਾ ਕਰਨਾ ਨਹੀਂ ਹੋ ਵਾਜੀ ਨਾ ਕੋਈ ਤੋਂ ਮਿਲ ਰਿਹਾ ਵੀ ਭੱਜ ਗਏ ਚੱਲ ਵੀ ਮਰ ਗਏ ਗੋਲੀ ਮਿਲ ਗਈ ਪਿਆਰ ਪਰ ਆ ਗਿਆ ਅੱਜ ਪਾਏ ਜਗਬਾਣੀ ਤੋਂ ਸਰਜੀਤ ਕੁੱਟ ਜੀ ਸਾਡੇ ਦਰਮਿਆਨ ਵੱਜਿਆ ਜੀਆਂ ਆਖਦੇ ਆ ਪੱਤਰਕਾਰ ਸਰਜੀਤ ਕੁੱਟ ਜੀ ਸਾਡੇ ਦਰਮਿਆਨ ਵੱਜਿਆ ਜਿਹਨਾਂ ਨੇ ਅੱਜ ਇਹ ਕਵਰੇਜ ਕਰ ਲਈ ਆ ਸਰਜੀਤ ਕੁੱਟ ਪੱਤਰਕਾਰ ਜਗਬਾਣੀ ਸਰਜੀਤ ਹੁੰਦਾ ਨੇ ਅਵਤਾਰ ਸਿੰਘ ਕੰਧ ਸਾਹਿਬ ਦਾ ਵੀ ਜਿਹੜੇ ਭਰਾਵਾਂ ਵਰਗਾ ਪਿਆਰ ਹੈ ਜੋੜੀ ਪਰਸਾ ਦਾ ਇਲਾਕੇ ਦੇ ਵਿੱਚ ਜਿੱਥੇ ਅਵਤਾਰ ਸਿੰਘ ਜੀ ਰਾਣਾ ਜਾਂਦੇ ਨੇ ਪੰਜਾਬੀ ਜਨਰਲ ਪੱਤਰਕਾਰ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਜੀਤ ਸਿੰਘ ਜੀ ਕਵਿਤਾ ਉਹ ਵਿਸ਼ੇਸ਼ ਤੌਰ ਤੇ ਜਗਬਾਣੀ ਦੇ ਵਿੱਚ ਖਬਰ ਲਾਉਣਗੇ ਸਰਦਾਰ ਸਰਜੀਤ ਸਿੰਘ ਜੀ ਚੌਕ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਰਮ ਸਿੰਘ ਜੀ ਪਹਿਲਵਾਨ ਦੇਖੋ ਹੁਣ ਮਨ ਚੋਟੀ ਨੇ ਪੁੱਜਿਆ ਪ੍ਰਿੰਸਪਾਲ ਫਗਵਾੜੇ ਵਾਲਾ ਪੁੱਜਾ ਹੋਇਆ ਕਹਿੰਦੇ ਵੀ ਏ ਐਸ ਆਈ ਦਾ ਸਪੁੱਤਰ ਹੈ ਏ ਐਸ ਆਈ ਦਾ ਥਾਣੇਦਾਰ ਛਿੰਦਰ ਸਿੰਘ ਜੀ ਉਹਨਾਂ ਦਾ ਸਪੁੱਤਰ ਅੱਜ ਕਹਿੰਦੇ ਵੀ ਇਹ ਯੋਗ ਦਿਖਾਵੇਗਾ ਮਾਤਾ ਚਰਨਜੀਤ ਕੌਰ ਦੀਆਂ ਅੱਖਾਂ ਤਾਰਾ ਅੱਜ ਕਹਿੰਦੇ ਕੰਗ ਸਾਹਿਬ ਰਾਏ ਦੀ ਧਰਤੀ ਤੇ ਯੋਗ ਦਿਖਾਉਣ ਲਈ ਪੁੱਜਾ ਹੋਇਆ ਬਾਊ ਉਸਤਾਦ ਦਾ ਚੰਡਿਆ ਹੋਇਆ ਇਹ ਪੱਠਾ ਰਵੀ ਦੁਰਿੰਦਰਾ ਕਾਰਗਾ ਦਾ ਨੌਜਵਾਨ ਚੱਕ ਮੈਕ ਅਮਰੀਤ ਮਾਰੋ ਦੇ ਵਿੱਚ ਪੜਾ ਦੀ ਖਾਲੀ ਜਾਓ ਸ਼ਮੀ ਪਹਿਲੋ ਫਗਵਾੜਾ ਦੇ ਨਾਲ ਕਵੀ ਸ਼ਮੀ ਫਗਵਾੜਾ ਆ ਵੀ ਤੁਸੀਂ ਲੱਗਦਾ ਤਾਂ ਮੇਲਾ ਦਾ ਉਹਦੇ ਨਾਲ ਹੀ ਖਾਲੀ ਜਾ ਦੋਗੇ ਰੋਟੀ ਸਰਦਾਰ ਸ਼ਿੰਦਰ ਸਿੰਘ ਦਾ ਸਪੁੱਤਰ ਤੇ ਮਾਤਾ ਚਰਨਜੀਤ ਕੌਰ ਦੀ ਅੱਖਾਂ ਦਾ ਤਾਰਾ ਤੇ ਬਾਬੂ ਸਤਾਰ ਦਾ ਜੰਡਿਆ ਹੋਇਆ ਪੱਠਾ ਨਾਲ ਚਰਨ ਕੰਗ ਜੀ
अवतार सिंह जी राय डॉक्टर साहब कहते हैं वो माया ने दीवे बाले रखने पैने कला एक ने दो जो की साथी भी कहते ले Thank you.
है
और सर्कल के यूथ के बंदा आ गए हैं कर दो तेरे धन्यवाद है लो एक करके दे करो सियाही बार लाके लाके
ਕਾਲੇ ਕਮਰੇ ਵਿੱਚ
ਹਾਰੋ ਡਰੀਏ
संतू बिल जी नाल चरण सिंह भाजी चरण भाजी का बड़ा धन्यवाद साजे उस्ताद जी नछत्र पहलवान कुश्ती अगली निगर लगे ਕਿਹੜੇ ਪੱਤਰਕਾਰਾਂ ਦਾ ਵੀ
ਜਗਵਾਣੀ ਤੋਂ ਸਾਡੇ ਸਰਦੀਪ ਸਿੰਘ ਜੀ ਡਾਕਟਰ ਔਰ ਬਹੁਤ ਬਹੁਤ ਧੰਨਵਾਦ ਸੀਨੀਅਰ ਅਕਾਲੀ ਆਗੂ ਔਰ ਸਾਡੇ ਸਤਿਕਾਰਯੋਗ ਸੰਤਾ ਸਿੰਘ ਜੀ ਹੇਰ ਸੋਨੀ ਗਿੱਲ ਜੀ ਔਰ ਨਾਲ ਸ਼ੀਰਾ ਸਾਡਾ ਵੀਰ ਜਸਰੀਨ ਸ਼ੀਰਾ ਨਾਲ ਮਨੋਹਰ ਲਾਲ ਵੈਸ ਜੈਵਲ ਕੰਗ ਜੂਕੇ ਔਰ ਧੰਨਵਾਦ ਹੈ ਹਾਂ ਇੱਕ ਨੰਬਰ ਦੀ ਕੁਸ਼ਤੀ ਲਈ ਵੀ ਕਹਿੰਦੇ 1100 ਜਿਹੜਾ ਲਵਾਂਗੇ ਧੰਨਵਾਦ ਹੈ ਇਧਰ ਫਤਿਹ ਜਲਾਲ ਤੋਂ ਆਇਆ ਗੁਰਪ੍ਰੀਤ ਨਾ ਪੂਰੇ ਹੱਥਾਂ ਨਾ ਪੈਰ ਹੈ ਇਸ ਵੀਰ ਦਾ ਵੀ ਆਪਾਂ ਮਾਣ ਕਰਨਾ ਲੈ ਵੀ ਸ਼ੀਰਿਆ ਔਰ ਸਾਹਮਣੇ ਇੱਧਰ ਹਰਮਨ ਆਲਮ ਵੀਰ ਹੈ ਬਹੁਤ ਹੀ ਵੱਡੀ ਕੁਸ਼ਤੀ ਚੱਲਦੀ ਪਈ ਕਹਿੰਦਾ ਜਦ ਕੱਪੜੂ ਦੇ ਪੱਥਰ ਦੇਣੇ ਹਰ ਥਾਂ ਤੇ ਚੱਲਦੇ ਛੁੱਟਦੇ ਨੇ ਕੁਝ ਲੋਕ ਵੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਫਿਰ ਲੋਕ ਵੀ ਵੱਧਦੇ ਨੇ ਪੰਜਾਂ ਦੇ ਵਿੱਚ 500 ਮਾਨੀ ਖੋਟੀ ਢੇਲੀ ਦਾ ਸੁੱਖਿਆ ਫਿਰ ਵਚਨ ਤਾਰੀਆਂ ਜਦ ਘੋੜਾ ਮਲ ਕਹਿੰਦੇ ਚੋਟੀ ਦਾ ਸੁੱਖਿਆ ਫਿਰ ਵਚਨ ਤਾਰੀਆਂ ਜਦ ਘੋੜਾ ਮਲ ਚੋਟੀ ਦਾ ਉਧਰ ਸ਼ੀਰਾ ਜਸਵੀਰ ਜੀ ਵੱਡੇ ਮਾਰ ਕਰਕੇ ਗਏ ਸਾਡੇ ਜਸਵੀਰ ਸ਼ੀਰਾ ਡੇਰਾ ਵਾਲੇ ਮਨੋਹਰ ਲਾਲ ਵੈਸ਼ਨੋ ਵੀਰ ਲਓ ਇੱਧਰ ਕਹਿੰਦੇ ਆਲਮਗੀਰ ਉਹ ਕਹਿੰਦੇ ਹਰਮਨ ਆਲਮਗੀਰ ਦੇ ਐਨ ਕਹਿੰਦੇ ਐਨ ਕਹਿੰਦੇ ਅਸੀਂ ਨਾਲੇ ਵਾਲੇ ਦੇ ਨਾਲ ਉਹ ਖੁੱਡੀਆਂ ਦੇ ਸਿੰਘ ਫਸੇ ਹੋਏ ਆ ਖੁੱਡੀਆਂ ਦੇ ਸਿੰਘ ਫਸੇ ਹੋਏ ਮੇਰੇ ਵੀਰਿਓ ਐਨ ਕਹਿੰਦੇ ਚੋਟੀ ਦੇ ਮਲ ਅੱਜ ਪੁੱਜੇ ਹੋਇਆ ਲੈ ਵੀ ਰਾਜਾ ਸੌੜ ਉੱਥੇ ਕਰਦੇ ਮਾਰੇ ਗੱਲਾਂ ਵੱਜਣਾ ਅੱਜ ਕਹਿੰਦੇ ਵੀ ਗੱਲਾਂ ਵੱਜਣਾ ਉਹਦੇ ਮਜੀਦਾ ਪਾਈ ਸ਼ਾਹ ਕੋਟਰਾ ਨੂੰ ਇੱਕ ਦਾ ਪਹਿਲਵਾਨ ਫੇਰ ਕੀਤਾ ਕਿਤੇ ਵੀ ਉਸਨੇ ਹਿੱਸਾ ਗੱਭਰੂ ਆਏ ਜਵਾਨੀ ਨੇ ਜੋ ਲੱਭਦੀ ਜਵਾਨੀ ਨੇ ਜੋ ਲੱਭਦੀ ਉਹ ਜਦੋਂ ਮਲ ਖਾੜੇ ਵਿੱਚ ਘੁਲਦੇ ਪੱਟਾ ਤੇ ਥਾਪੀ ਵੱਜਦੀ ਪੱਟਾ ਤੇ ਥਾਪੀ ਵੱਜਦੀ ਬਈ ਬਾਹਰੋਂ ਨਾ ਕੋਈ ਬੰਦਾ ਆਵੇ ਵਿੱਚ ਪਲੀਜ਼ ਬਾਹਰੋਂ ਕੋਈ ਵੀ ਬੰਦਾ ਨਾ ਆਵੇ ਔਰ ਚਰਨ ਸਿੰਘ ਜੀ ਕਾਂ ਸਾਹਿਬ ਬਾਬਾ ਜੀ ਬਹੁਤ ਤਕੜੇ ਮਲ ਰਹੇ ਨੇ ਨਛੱਤਰ ਸਿੰਘ ਜੀ ਪਾਠ ਦਰਸ਼ਕੋ ਬਾਈ ਤਾੜੀਆਂ ਮਾਰੀਆਂ ਆਪਣੇ ਗੁਰੂ ਪੀਰ ਦੇ ਨਾਲ ਤਾੜੀਆਂ ਬਾਬਾ ਜੋਰਦਾਰ ਕਰੋ ਰਵਿੰਦਰ ਇੱਕ ਮਿੰਟ ਬਈ ਕਿਸੇ ਨੇ ਸ਼ਰਾਬ ਪੀ ਕੇ ਖਾਣੇ 'ਚ ਨਹੀਂ ਆਉਣਾ ਇਹ ਪਵਿੱਤਰ ਖਾਣਾ ਇਹਨੂੰ ਮੈਂ ਪਵਿੱਤਰ ਰੱਖਣਾ ਤੇ ਲੱਖ ਦਾਦਾ ਜੀ ਦਾ ਢੋਲ ਪਾਈਦਾ ਧੰਨਵਾਦ ਆ ਬਹੁਤ ਹੀ ਸਤਿਕਾਰਯੋਗ ਆ ਰਿਸਪੈਕਟਡ ਸ਼ਖਸੀਅਤਾਂ ਪੁੱਜੀਆਂ ਹੋਈਆਂ ਐਨ ਨੋਟਾਂ ਦੀ ਕਿਹਦੇ ਭਰਾ ਪਰਖਾ ਕਰਦੇ ਆ ਯਾਰਾਂ ਦੇ ਯਾਰ ਪੁੱਜੇ ਆ ਬਾਬਾ ਜੀ ਥੋੜ੍ਹਾ ਜਿਹਾ ਸਾਈਡ ਤੇ ਹੋ ਜਾਓ ਆਰ ਪਾਰ ਦੀ ਕੁਸ਼ਤੀ ਕਰਾਉਣ ਦਾ ਪਰ ਦਰਸ਼ਕ ਵੀਰੋ ਦਰਸ਼ਕੋ ਇਹਨੇ ਕਿਹਨੇ ਆਰ ਪਾਰ ਦੀ ਕੁਸ਼ਤੀ ਵੇਖਣੀ ਤਾੜੀਆਂ ਮਾਰਦੇ ਇੱਕ ਵਾਰੀ ਜਿਹਨੇ ਆਰ ਪਾਰ ਦੀ ਕੁਸ਼ਤੀ ਵੇਖਣੀ ਤੁਹਾਡੀਆਂ ਤਾੜੀਆਂ ਵੱਜਣਗੀਆਂ ਤੇ ਹੌਸਲੇ ਵਧਣਗੇ ਉਹ ਹੌਸਲੇ ਵਧਣਗੇ ਤੇ ਮਲ ਕਹਿੰਦੇ ਕੁਸ਼ਤੀ ਆਰ ਪਾਰ ਦੀ ਦਿਖਾਉਣਗੇ ਲਓ ਕਹਿੰਦੇ ਇੱਧਰ ਹਰਮਨ ਹੈ ਆਲਮਗੀਰ ਦੀ ਧਰਤੀ ਦਾ ਔਰ ਸਿਕੰਦਰ ਭਲਵਾਨ ਦਾ ਕਹਿੰਦੇ ਇਹ ਕਹਿੰਦੇ ਵੀ ਲਾਡਲਾ ਇਹ ਕਹਿੰਦੇ ਪੋਤਰਾ ਆ ਇਹ ਕਹਿੰਦੇ ਦਾਦਾ ਜੀ ਨੇ ਬਹੁਤ ਤਕੜੀ ਕੁਸ਼ਤੀ ਲੜੀ ਹੈ ਕਹਿੰਦੇ ਵੀ ਰਾਜਨ ਕਿਸੇ ਚ ਮਿਲੀ ਆ ਮੱਲੀ ਬਹੁਤ ਸਾਡੇ ਮਨੋਹਰ ਸਿੰਘ ਜੀ ਬੈਂਸ ਸਾਹਿਬ ਨਾਲ ਸਾਡੇ ਸੰਤੂ ਫੇਰ ਜੀ ਵੱਡੇ ਮਾਨ ਤੇ ਤਿਆਰ ਕੀਤੇ ਨੇ ਕੁਸ਼ਤੀ ਵੱਲ ਵੀ ਨਿਗਾਹ ਮਾਰਾਂਗੇ ਬਹੁਤ ਹੀ ਤਕੜਾ ਮੁਕਾਬਲਾ ਕਹਿੰਦਾ ਸੂਰਜ ਵੀ ਅੱਜ ਬਰਸਾਵੇ ਭੱਪਾਂ ਜੇ ਖਾਰਦੀਆਂ ਤੱਕਦੀ ਜਿਵੇਂ ਤੰਦੂਰੀ ਰੋਟੀ ਇੰਜ ਪਲੇ ਨੂੰ ਸਾਰਦੀਆਂ ਕੋਈ ਮਦ ਵਿੱਚ ਛਗਿਆ ਯਾਰ ਨਿਕਲ ਜਾਈਆਂ ਦਾ ਸੁੱਖੀ ਕਕਰਾਲੇ ਦੇਖ ਲਾ ਮੁੱਲ ਮਿਹਨਤਾਂ ਲਾਈਆਂ ਦਾ ਉਹ ਸੁੱਖੀ ਕਕਰਾਲੇ ਦੇਖ ਲਾ ਮੁੱਲ ਮਿਹਨਤਾਂ ਲਾਈਆਂ ਦਾ ਬੜੀ ਮਿਹਨਤ ਮੱਲਾਂ ਦੀ ਕੀਤੀ ਹੋਈ ਆ ਇਧਰ ਧੰਨਵਾਦ ਕਰਾਂਗੇ ਔਰ ਕੰਗ ਸਾਹਿਬ ਆਈ ਦੀ ਧਰਤੀ
ਹੋਣਗੇ ਕਿੱਡੇ ਕ ਹੋਣੇ ਏਵ ਮਿੱਤਰੋ
तब जीते बंदे मार के फिर वीरियो भी मल चोटी दे मल चोटी दे हाजी रहा जी करो गल ਪੈਂਦੇ ਆ ਇਹ
ਵੱਡੀਆਂ ਕਰਾਤਾ ਵੱਡੀਆਂ ਗੱਲਾਂ ਵੱਡੇ ਮਾਲ ਨਵੀਂ ਦਵਿੰਦਰ ਸਾਹਿਬ ਕੁਝ ਕਹਿਣਾ ਚਾਹੁੰਦਾ ਪਰ ਇੱਕ ਨੰਬਰ ਦੀ ਪਾਟਕੇ ਦੀ ਕੁਸ਼ਤੀ ਦੇ ਮਾਲ ਪ੍ਰਿੰਸੀਪਲ ਆ ਗਿਆ ਫਗਵਾੜੇ ਵਾਲਾ ਪਹਿਲਵਾਨ ਹੋਈ ਚੱਲੇ ਤਿੰਨ ਕੁ ਮਿੰਟ ਬਾਕੀ ਆ ਗਿਣਤੀ ਵਾਲਾ ਵਜਾਈ ਹਜੇ ਰਾਤ ਬਾਕੀ ਆ ਉਹ ਭਰੀ ਜਾ ਹੰਕਾਰਾ ਗੱਲ ਬਾਤ ਬਾਕੀ ਹੈ ਆ ਵੀ ਦਵਿੰਦਰ ਬਹੁਤ ਹੀ ਵਧੀਆ ਮੁਕਾਬਲੇ ਚੱਲਦੇ ਤੇ ਆ ਸਾਰੇ ਪਾਤਸ਼ਾਹ ਦੇ ਵਿੱਚੋਂ ਵੇਖੋ ਜੋ ਕੁਸ਼ਤੀ ਦੇ ਵਿੱਚ ਮੁੱਖ ਪਕੜੇ ਵੇਖੋ ਜੀ ਕੀ ਗੱਲ ਬਣਦੀ ਕੁਸ਼ਤੀ ਦੀ ਪਾਤਸ਼ਾਹ ਸਲਾਹ ਦੇ ਦਿੰਦੇ ਸੋਖਾ ਗੱਲ ਜੀ ਸੋਨੀ ਪੰਜ ਜੀ ਆ ਲਿਆ ਵਿੱਕੀ ਲੈ ਲਾ ਵੇ ਸਾਲਾ ਕਾ ਸਦਰ ਸ਼ੀਰਾ ਜੋ ਸੁਨੀਲ ਸ਼ੀਰਾ ਆਓ ਜੀ ਰਾਣਾ ਜੀ ਤੁਹਾਨੂੰ 1100 ਰੁਪਏ ਦੇ ਨਾਲ ਮਾਨ ਸਨਮਾਨ ਜਿਹੜਾ ਹੋਣਾ ਸਾਡੇ ਵੀਰਾਂ ਵੱਲੋਂ 1100 ਰੁਪਏ ਦੇ ਨਾਲ ਜੈਮਲ ਕੱਪ ਜੂਕੇ ਤੇ ਵਿੱਕੀ ਬਲੈਟੀਆ ਨੂਰ ਲਾਲ ਬੈਂਸ ਦੇ ਨਾਲ ਸਾਡੇ ਸਤਿਕਾਰਯੋਗ ਵੀਰ ਇੱਧਰ ਸੁੱਖਾ ਗੱਲ ਤੇ ਸੋਨੀ ਪੰਜ ਧੰਨਵਾਦ ਹੈ 1100 ਹਾਂ ਨੂਰ ਲਾਲ ਬੈਂਸ ਜੀ ਦਾ ਧੰਨਵਾਦ ਹੈ ਅਵਤਾਰ ਸਿੰਘ ਜੀ ਗਾਣਾ ਪੰਜਾਬੀ ਜਾਗਰਣ ਤੋਂ ਜਿਹਨਾਂ ਦਾ 1100 ਰੁਪਏ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੈਮਲ ਕੰਗ ਜੀ ਜੂਕੇ ਵਿੱਕੀ ਬਲੈਟੀਆ ਜੀ ਨੂਰ ਲਾਲ ਬੈਂਸ ਸਾਹਿਬ ਤੁਸੀਂ ਵੀ ਆ ਜਾਓ ਤੁਹਾਡਾ ਜਿਹੜਾ ਫੋਟੋ ਤੁਸੀਂ ਲੱਗਿਆ ਨਹੀਂ ਆ ਜਾਓ ਤੁਸੀਂ ਆਜੋ ਨਾਲ ਇਹਨਾਂ ਨੇ ਕਹਿੰਦੇ ਜਿੱਥੇ ਜਾਂਦੇ ਨੇ ਲੋਕਾਂ ਦੀ ਵਰਖਾ ਕਰਦੇ ਆ ਕਿਹੜਾ ਵੀ ਖੇਡ ਖੇਡਦਾ ਹੋਵੇ ਕੋਈ ਵੀਰੋ ਵੱਡੀ ਮਾਨ ਵੱਡੇ ਜਿਗਰੇ ਨੇ ਵੱਡੀਆਂ ਗੱਲਾਂ ਨੂਰ ਲਾਲ ਬੈਂਸ ਜੀ ਉਹਨਾਂ ਦਾ ਧੰਨਵਾਦ ਔਰ 1100 ਰੁਪਏ ਦੇ ਨਾਲ ਮਾਨ ਸਨਮਾਨ ਅਵਤਾਰ ਸਿੰਘ ਰਾਣਾ ਜੀ ਉਹਨਾਂ ਦਾ ਪੰਜਾਬੀ ਜਾਗਰਣ ਤੋਂ ਪੱਤਰਕਾਰ ਸੁਰਜੀਤ ਚੱਟ ਦਾ ਵੀ 1100 ਦੇ ਨਾਲ ਮਾਨ ਸਨਮਾਨ ਕੀਤਾ ਤੇ ਬੁਲਾਰਿਆਂ ਦਾ ਵੀ ਤੇ ਪਾਣੀ ਪਿਲਾਉਣ ਵਾਲਿਆਂ ਦਾ ਵੀ ਮੈਂ ਜੈਮਲ ਸਿੰਘ ਜੀ ਕੰਗ ਜੂਕੇ ਵਿੱਕੀ ਬੁਲਾਟੀਆ ਉਹਨਾਂ ਦਾ ਸੋਖੇ ਗਿੱਲ ਉਹਨਾਂ ਦਾ ਸੋਨੀ ਉਹਨਾਂ ਦਾ ਸੰਤਾ ਸਿੰਘ ਜੀ ਹੇਰ ਉਹਨਾਂ ਦਾ ਇੱਧਰ ਪ੍ਰਭਜੋਤ ਸਾਡਾ ਵੀਰ ਸੋਨੀ ਪੰਜ ਉਹਨਾਂ ਦਾ ਧੰਨਵਾਦ ਕੀ ਫੈਸਲਾ ਦਵਿੰਦਰ ਲੈ ਵੀ ਫੈਸਲਾ ਦਾ ਬਾਅਦ ਦੱਸਾਂਗੇ ਇੱਕ ਨੰਬਰ ਚਰ ਸਿੰਘ ਕੰਗ ਜੀ ਲੈ ਆਵੋ ਹੁਣ ਅੱਜ ਕਰੀਮ ਹੈ ਭਲਵਾਨਾਂ ਦੀ ਕਰੀਮ ਹੈ ਇੱਕ ਜੂਰੀ ਸੂਚਨਾ ਜੋ ਆ 2 ਨੰਬਰ ਦੀ ਕੁਸ਼ਤੀ ਹੁਣੇ ਹੋ ਕੇ ਆਈ ਆ ਸਾਡੇ ਬਹੁਤੀ ਸਰਕਾਰ ਜੋ ਕਰਮੀਰ ਸਿੰਘ ਜੀ ਕਹਿੰਦਾ ਉਹਨਾਂ ਵੱਲੋਂ 2000 ਰੁਪਈਆ ਭਲਵਾਨਾਂ ਨੂੰ ਸਾਡੇ ਨਾਮ ਦਿੱਤਾ ਜਾਂਦਾ ਔਰ ਇਸ ਦੇ ਨਾਲ ਹੀ ਜੋ ਪੱਕੇ ਦੀ ਇੱਕ ਨੰਬਰ ਦੀ ਕੁਸ਼ਤੀ ਹੋਈ ਆ ਰਣੀਤ ਸਿੰਘ ਕਿੱਲਾ ਜੀ ਵੱਲੋਂ 3000 ਰੁਪਇਆ ਉਹਨਾਂ ਨੂੰ ਵੀ ਇਨਾਮ ਦਿੱਤਾ ਜਾਊਗਾ ਜੀ ਆਇਆਂ ਦਾ ਧੰਨਵਾਦ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆ ਜਿਹਨਾਂ ਨੇ ਮੋਹ ਸਰਕਾਰ ਕੀਤਾ ਪੱਕਾ ਪਹਿਲਵਾਨਾਂ ਦਾ ਧੰਨਵਾਦ ਔਰ ਮੈਂ ਵੀ ਕਹਿੰਦਾ ਤਿਰਤ ਪਾ ਲਿਆ ਗਈ ਫਗਵਾੜੇ ਵਾਲਾ ਦਰਸ਼ੋ ਪੈਰੀਆਂ ਭਾਵੇਂ ਜ਼ੋਰਦਾਰ ਇੱਕ ਵਾਰੀ ਉਹ ਕਿਹਨੂੰ ਕਿਹਨੂੰ ਮੁੰਡੇ ਦਾ ਸਰੀਰ ਵਧੀਆ ਲੱਗਾ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰਦਾ ਕਿ ਖਾਧੇ ਨੇ ਬਦਾਮ ਜਿਹੜਾ ਮੰਗਲਾ ਉਹਨਾਂ ਨੇ ਹਾਂ ਗੋਡੀਆਂ ਲਵਾਉਣੀਆਂ ਤੇ ਅੱਖ ਕੇ ਸਿਆਣੇ ਗੱਲਾਂ ਸੱਚੀਆਂ ਚਰਨ ਭਾਜੀ ਖਾਧੇ ਖਰਾਕਾਂ ਦਾ ਮਾਉਣੀਆਂ ਖਾਧੇ ਨੇ ਬਦਾਮ ਜੀ ਨੇ ਮੰਗਲਾ ਗੋਡੀਆਂ ਲਵਾਉਣੀਆਂ
ਸਾਰੇ ਆ ਜਾਓ ਜੀ ਸਟੇਜ ਤੇ।
ਮਨੋਜ ਸਿੰਘ ਬਾਂਸਾ ਸੰਤੂ ਭਾਜੀ ਨਾਲ ਤੁਸੀਂ ਵੀ ਆਜੋ ਭਾਜੀ ਸਾਰੇ ਆਜੋ ਸਟੇਜ ਤੇ ਜਿਹੜੇ ਬੈਠੇ ਆਜੋ ਜਲਦੀ ਆਜੋ ਜੀ ਧੰਨਵਾਦ ਹੈ ਭਾਈ ਜੀ ਭਾਈ ਮੇਰੀ ਕੋਸ਼ਿਸ਼ ਸ਼ੁਰੂ ਕਰਾ ਦੇ ਸਾਡੇ ਬਹੁਤ ਹੀ ਕਿ ਬਾਤ ਤੇ ਸਤਿਕਾਰ ਜੋ ਸਤਨਾਮ ਸਿੰਘ ਜੀ ਲਾਲੀ ਜੂਨੇ ਸੇ ਜਿਨ੍ਹਾਂ ਵੱਲੋਂ ਫਿਰ ਤੋਂ ਮੇਰੇ ਕੋਲ ਦਿੱਤਾ ਜਾਵੇਗਾ ਰੋਜੇ ਧੰਨਵਾਦ ਨਹੀਂ ਮੇਜਰ ਸਿੰਘ ਜੀ ਉਹਨਾਂ ਵੱਲੋਂ ਦੋ ਨੰਬਰ ਝੰਡੀ ਦਾ ਸੀਗੀ ਸੌਂਗ ਦਿੱਤਾ ਜਾਵੇਗਾ साधु शाह जी का दोस्त जे दरबार की हेलो लो अज की जो झंडी वाली एक नंबर की कुश्ती है शुरू हो जा रही है बहुत दिलचस्प मुकाबला दोनों ही मन बड़े वधिया पहलवान है पर बड़ा जबरदस्त मुकाबला जो ताडे सामने हो जा रहा तो दो नंबर की कुश्ती ही ताडे सामने हो गया जी उन्होंने में कोई फैसला नहीं हो सकया और बराबर पिछड़ा दिखती गई है जो हम एक नंबर पत्ती वाली कुश्ती है सामने होने जा रही है प्रिंसपाल फटवाड़ा के रोजी कपूरथला के ਜਾਣਾ ਇਹਨਾਂ ਦੇ ਕੌੜਿਆਂ ਪਟਾਉਣਾ
बिल्कुल आर पार भी चाहिए कुश्ती बिल्कुल आर पार भी लड़ी मल्ले मारे जोर 500 रुपया जरा जितूगा गुरमेल सिंह जी कंग भी ऐलान करा रहे ने उधर धनबाद बोलट मोटरसाइकिल सतनाम सिंह लाली जी हुणा दा यूएसए वाले सानू करतार सिंह जी कंग और प्रभजोत बैठा साडा वीर कहिंदे वी बोलट लिया के खड़ा किया बोलट लिया के खड़ा किया आर पार भी आप 500 फड़ो जी ਇਹ ਜਿਹੜਾ ਜਿੱਤੂ ਪਰਿਵਾਰ ਇੱਥੇ ਤੁਸੀਂ ਰੱਖੋ ਜੀ ਅਵਤਾਰ ਸਿੰਘ ਰਾਣਾ ਜੀ ਵਾਲੇ 500 ਜਿਹੜਾ ਐਲਾਨ ਹੋ ਚੁੱਕਾ ਵੀ 500 ਰੁਪਇਆ ਦੇ ਦਿੱਤਾ ਜੀ ਪੰਜਾਬੀ ਬੋਲਾਂ ਦੇ ਵੱਡੇ ਮਾਣ ਤੇ ਪਿਆਰ ਨੇ ਸਾਡੇ ਸਰਬੇਲ ਸਿੰਘ ਭਾਜੀ ਵੱਲੋਂ ਇਹਦੇ ਕੁਸ਼ਤੀ ਵੀ ਬੱਲੇ 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 ਕਹਿੰਦਾ ਚੱਕੀ ਦੇ ਪੂਰਾ ਵਾਂਗੂ ਚੌੜਕਾਂ ਨੇ ਛੱਕੀਆਂ ਪਾ ਕੇ ਲਕੋਟੇ ਮੱਲ ਪੀਆਂ ਕੀ ਨਾਮ ਰੱਬ ਦਾ ਕੀ ਆਖੇ ਸਿਰ ਉਸਤਾਦ ਨੂੰ ਝੁਕਾ ਕੇ और विशेष तौर पर बुजे का वीर का भी धन्यवाद है अज पट्टियां रौनक कंग साहब राय की धरती है एनआरए वीर है और प्रबंधक वीर कई दिन तो मेहनत करते हैं ਕੀਤੀ ਮਿਹਨਤ ਰੰਗ ਲਿਆਈ ਹੈ ਗੁਰਦੀਪ ਸਿੰਘ ਜੀ ਉਠਾਰੂ ਸਾਹਿਬ ਔਰ ਕੀਤੀ ਮਿਹਨਤ ਰੰਗ ਲਿਆਈ ਹੈ ਅੱਜ ਵੱਡੇ ਮਾਲ ਪੁੱਜਿਆ ਬੋਲਟ ਮੋਟਰਸਾਈਕਲ ਜਿੱਤਣਾ ਕਿ ਜਿੱਤਣ ਜਿੱਤਣ ਹਰ ਕੋਈ ਖੇਡੇ ਤੂਫਾਨ ਖੇਡ ਫਕੀਰਾ ਜਿੱਤਣ ਦਾ ਮੁੱਲ ਕੌਂਦੀ ਹੁੰਦਾ ਹਾਰ ਦਾ ਮੁੱਲ ਹੀਰਾ ਜਿੱਤਾਂ ਮੇਰੇ ਵੀਰਿਓ ਹਾਰਾਂ ਦੇ ਵਿੱਚੋਂ ਮਿਲਦੀਆਂ ਕਿ ਜਿੱਤਣ ਦਾ ਮਨ ਚ ਜੇ ਹੋਵੇ ਜਜ਼ਬਾ ਫੇਰ ਬੰਦਾ ਹਾਰਾਂ ਕੋਲੋਂ ਕਿੱਥੇ ਡਰਦਾ ਲੱਖੇ ਹੌਲੀ ਹੌਲੀ ਮੰਜ਼ਿਲਾਂ ਦੇ ਰਾਹ ਲੱਭਦੇ ਕਰ ਮਿਹਨਤਾਂ ਹੁੰਦੀਆਂ ਚੜਾਈਆਂ ਜਾਂਦੇ ਔਰ ਕਹਿੰਦੇ ਵੀ ਰੋਗੀ ਦੀ ਜਦੋਂ ਗੱਲ ਕਰਾਂ ਕਹਿੰਦੇ ਵੀ ਪੰਜਾਬ ਕੇਸਰੀ ਕਹਿ ਗਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਬੱਲੇ ਬੱਲੇ ਕਰਾਈ ਤੇ ਕਹਿੰਦੇ ਵੀ ਇਹ ਤਖਾਲ ਫਗਵਾੜੇ ਵੀ ਚੱਲਦਾ ਪੂਰੀ ਮੇਰੇ ਵੀਰੋ ਇਹ ਤੇ ਸਹੀ ਜੀ ਦੇ ਕੇਸਰੀ ਕਿਤਾਬ ਨੇ ਮੰਨ ਕੋਲ अवतार सिंह जी राणा साहब
ਲੋਕਾਂ ਦੇ ਵੀ ਕੀ ਗੱਲ ਪਾਉਂਦੀ ਕੁਸ਼ਤੀ ਦੀ ਆਓ ਕੀ ਗੱਲ ਪਾਉਂਦੀ ਕੁਸ਼ਤੀ ਦੀ ਕੀ ਗੱਲ ਵੜਦੀ ਕੁਸ਼ਤੀ ਦੀ ਦੱਸ ਕਵੀਰ ਉਹ ਨਿਗਾਹਾਂ ਤੇ ਟਿਕੀਆਂ ਪਰ ਤਾੜੀਆਂ ਨਹੀਂ ਹਜੇ ਵੱਜੀਆਂ ਬੱਲਾਂ ਨੂੰ ਪਤਾ ਲੱਗ ਜਾਵੇ ਲੋਕੀ ਸਾਡੇ ਵੱਲ ਨਿਗਾਹਾਂ ਤਕਾਈ ਬੈਠੇ ਆ ਕਿ ਸੰਦੂਕ ਤੋਂ ਦੁਨੀਆਂ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆਂ ਡਰਦੀ ਹੈ ਡਰ ਹੁੰਦਾ ਏ ਸ਼ੇਰ ਦੀ ਨਿਹਾਰ ਦਾ ਸੱਪ ਦੀ ਲਕੀਰ ਤੋਂ ਵੀ ਦੁਨੀਆਂ ਡਰਦੀ ਹੈ ਉਹ ਦੁੱਧ ਮੱਖਣਾਂ ਦੇ ਨਾਲ ਪਾਇਆ ਹੋਵੇ ਤੇ ਤਕੜੇ ਸਰੀਰ ਤੋਂ ਦੁਨੀਆਂ ਡਰਦੀ ਹੈ ਉਹਦਾ ਦੁਨੀਆਂ ਤੋਂ ਬੇਸ਼ੱਕ ਚਲੇ ਜਾਵੇ ਉਹਦੀ ਤਸਵੀਰ ਤੋਂ ਦੁਨੀਆਂ ਡਰਦੀ ਹੈ ਰਾਜਨਬਾਈ ਸਤਨਾਮ ਸਿੰਘ ਜੀ ਲਾਲੀ ਯੂਐਸਏ ਵੀਰੇ ਸਾਰੀ ਖਾਲਸ ਸਲਾਮੀ ਦੇਵੀ ਬੱਬਲ ਸ਼ਾਹ ਦਰਸ਼ਨ ਦੱਸੀਏ ਇਹਨਾਂ ਵੀਰਿਆਂ ਨੇ ਪੋਲਟ ਵਿੱਚ ਕਰ ਦੇਣਾ ਸਤਨਾਮ ਸਿੰਘ ਜੀ ਲਾਲੀ ਯੂਐਸਏ ਉਹਨਾਂ ਵੱਲੋਂ ਬਹੁਤ ਮਿਲ ਸਕਦਾ ਭਾਈ ਇੱਕ ਵਾਰੀ ਕੋਈ ਕਦਮ ਆਪਦੇ ਕਹਿੰਦੇ ਦੋ ਕਦਮ ਚੱਲ ਗਿਆ ਬ੍ਰਹਮ ਜੋਤ ਜੀ ਆ ਜੀ ਸਿਰਫ ਦੋ ਕਦਮ ਖੜਿਆ ਚੱਲ ਗਿਆ ਵੀਰੇ ਬ੍ਰਹਮ ਜੋਤ ਜੀ ਤੁਸੀਂ ਆ ਜਾਓ ਇੱਕ ਮਿੰਟ ਆ ਜੀ ਵੀਰੇ ਲਓ 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 ਉੜਦੀ ਧੂੜ ਪੈਂਦੇ ਪਟਾਕੇ ਬਹਿ ਗਏ ਪਟਾਕੇ ਓ ਦਸ ਗੱਲ ਆ ਗਏ ਨੀ ਯਾਰੇ ਮੇਰੇ ਵੀਰਿਓ ਹੋਰ ਦੇਖਦੇ 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 ਲਵੀ ਫਗਵਾੜੇ ਮਾਰਿਆ ਉਹ ਦੂਜੇ ਪਾਸੇ ਕਪੂਰਥਲੇ ਵਾਲਾ ਉੱਥੇ ਵੀ ਸਾਡਾ ਵੀਰੇ ਮਾਰਿਆ ਕੈਮਰਾ ਇੱਧਰ ਨੂੰ ਘੁਮਾ ਦੀ ਵੀਰੇ ਮਾਰਿਆ ਗਿਆ ਇਹ ਪ੍ਰਭ ਕੀ ਤਾਂ ਮੇਰੇ ਨਾਲ ਪ੍ਰਭ ਨਾਮ ਸਿੰਘ ਦਾ ਪੁੱਤਰ ਇਹਨਾਂ ਵੱਲੋਂ ਬਹੁਤ ਮੁੱਖ ਦਿੱਤਾ ਜਾ ਰਿਹਾ ਵੀਰੇ ਮਾਰਿਆ ਪਿੱਛੇ ਪਿੱਛੇ ਲੋ ਭਾਜੀ ਮਾਰਿਆ ਪਿੱਛੇ ਸਾਹਮਣੇ ਸਾਹਮਣੇ ਜਿਹੜਾ ਲੈਵਲ ਹੈ ਮੰਡਾ ਵੀਰਾ ਭਾਈ ਪਿੱਛੇ ਆ ਜਾਓ ਮਾਰਿਆ ਪਿੱਛੇ ਆ ਜਾਓ ਜੀ ਮੈਂ ਵੀ ਵੀਰੇ ਮੇਰੇ ਨਾਲ ਪ੍ਰਭਦੀਪ ਸਿੰਘ ਕੰਗ ਸਾਹਿਬ ਇਹਨਾਂ ਵੱਲੋਂ ਬਹੁਤ ਮੁੱਖ ਦਿੱਤਾ ਜਾ ਰਿਹਾ ਨਾਲ ਤਾਲੀ ਮਾਰੀ ਉਹਦਾ ਤਾਲੀ ਸੱਜਣਾ ਦਾ ਤੇ ਜ਼ੋਰਦਾਰ ਤਾੜੀ ਮਾਰ ਦੋ ਸਰਦਾਰ ਕਰਤਾਰ ਸਿੰਘ ਜੀ ਕੰਗ ਉਹਨਾਂ ਦੀ ਫਰਮਾਨੀ ਹੈ ਸਰਦਾਰ ਮੇਜਰ ਸਿੰਘ ਜੀ ਕਿੱਥੇ ਨੇ ਸਰਦਾਰ ਮੇਜਰ ਸਿੰਘ ਜੀ ਉਹਨਾਂ ਨੂੰ ਬੇਨਤੀ ਇੱਕ ਵਾਰੀ ਦੋ ਕਦਮ ਚੱਲ ਕੇ ਆਓ ਤਾਰਾ ਕੰਗ ਸਿੰਘ ਜੀ ਤਾਰਾ ਸਿੰਘ ਜੀ ਕੰਗ ਇਹਨਾਂ ਵੱਲੋਂ ਇੱਕ ਮਿੰਟ ਆਓ ਸਿੱਧੀ ਬੋਲਣਾ ਚੱਲ ਜਾਵੇਗਾ ਮੇਜਰ ਸਿੰਘ ਜੀ ਕੰਗ ਸਾਹਿਬ ਇੱਕ ਵਾਰੀ ਹੱਥ ਉੱਪਰ ਕਰਕੇ ਸੰਤਾਂ ਦਾ ਫਤਿਹ ਸਾਂਝੀ ਕਰੋ ਲੈ ਤਾਲੀ ਮਾਰੀ ਜਾਂਦਾ ਹੋਰ ਤਾਲੀ ਮਾਰਦਾ ਤਾਲੀ ਸਜਣਾ ਦੇ ਲਈ ਇਹਨਾਂ ਦਾ ਵੀ ਧੰਨਵਾਦ ਆਖਾਂਗੇ ਕਿ ਕੱਲ ਸੱਚ ਸਿਆਣਿਆਂ ਦੀ ਦੱਬ ਕੇ ਬਾਈਏ ਰੱਜ ਕੇ ਖਾਈਏ ਥੋੜਾ ਖਾਈਏ ਖੱਜ ਲਈਏ ਥੋੜਾ ਪੁੰਨ ਤਾਂ ਤੇ ਲਾਈਏ ਇਸ ਤਨ ਨੇ ਮੁੱਕ ਜਾਣਾ ਜੇ ਰੋਜ ਮਾਸਾ ਕਰੀਏ ਰੋਟੀ ਹੱਥ ਦੀ ਖਾਈਏ ਨਹੀਂ ਖਾਈਏ ਭਾਵੇਂ ਪੁੰਨ ਪਾਲਸ਼ਾ ਕਰੀਏ ਹੱਕ ਸੱਚ ਦੀ ਕਮਾਈ ਵਿੱਚੋਂ ਮੇਰੇ ਵੀਰੇ ਫੱਟੇ ਜਿਹੜੇ ਇਹਨਾਂ ਮੱਲਾਂ ਲਈ ਇਨਾਮ ਰੱਖੇ ਆ ਮੈਂ ਸਤਨਾਮ ਸਿੰਘ ਲਾਲੀ ਜੀ ਯੂਐਸਏ ਸਾਰਾ ਸਰਦਾਰ ਕਰਤਾਰ ਸਿੰਘ ਜੀ ਕਾਂਗਾ ਤੇ ਮੇਜਰ ਸਿੰਘ ਜੀ ਸਾਰਾ ਤਾਰਾ ਸਿੰਘ ਜੀ ਕਾਂਗਾ ਛੇ ਦਾਤਿਆਂ ਦਾ ਧੰਨਵਾਦ ਆ ਬਲਵੀਰ ਸਿੰਘ ਜੂਕੇ ਡਾਕਰ ਸਿੰਘ ਜੀ ਕਾਂਗਾ ਪ੍ਰਭਦੀਪ ਕੰਗ ਸਾਡਾ ਵੀਰ ਆ ਸਾਰੇ ਰਿਸਪੈਕਟਡ ਆ ਸਾਰੀ ਸਤਕਾਰ ਦੇ ਕਮੇਟੀ ਹੈ ਲਓ ਕਹਿੰਦੇ ਕੁਸ਼ਤੀ ਬੱਲੇ 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 ਵੇਖਾਂ ਦੇ ਵੀ ਕੀ ਗੱਲ ਬਾਤੀ ਕੁਸ਼ਤੀ ਦੀ ਦੁਨੀਆ ਸੱਚ ਨੂੰ ਮੰਨਦੀ ਚੋਰਾਂ ਨੂੰ ਕੋਈ ਪੁੱਛਦਾ ਨਹੀਂ ਕੰਮ ਚੋਰਾਂ ਨੂੰ ਜੇ ਇੱਕ ਵਿੱਚ ਦੱਬ ਹੋਵੇ ਦੁਨੀਆ ਤਾਂ ਪੁੱਛ ਨਹੀਂ ਸਕਦਾ ਵਾ ਰਿਸ਼ਤ ਮਿਹਨਤ ਪਹਿਲਵਾਨ ਮੇਲ ਦੀ ਜੇ ਹੋਏ ਤੇ ਪੁੱਟ ਜਾਂਦੀਆਂ ਮਾਵਾ 11 ਮਿੰਟ ਕੁਸ਼ਤੀ ਜਿਹੜੀ ਹੋ ਚੁੱਕੀ ਆ 9 ਮਿੰਟ ਦਾ ਸਮਾਂ ਜਿਹੜਾ ਬਾਕੀ ਆ ਅਜੇ ਤਾਂ ਕਹਿੰਦਾ ਤੀਰ ਵਿੱਚ ਕਮਾਨ ਅਜੇ ਤਾਂ ਕੁਝ ਵੀ ਹੋ ਸਕਦਾ ਉਹ ਹਜੇ ਤੇ ਯਾਰ ਵਿੱਚ ਮੈਦਾਨ ਤੇ ਕੁਝ ਵੀ ਹੋ ਸਕਦਾ ਹਜੇ ਤੇ ਤੀਰ ਵਿੱਚ ਕਮਾਨ ਤੇ ਕੁਝ ਵੀ ਹੋ ਸਕਦਾ ਹਜੇ ਕਹਿੰਦੇ ਵੀ ਐਨ ਗੱਲਾਂ ਟਿਕਾਣੇ ਲੱਗਣੀਆਂ ਬਹਾਦਰ ਸਿੰਘ ਜੀ ਸਰਪੰਚ ਉਹਨਾਂ ਦਾ ਠੇਕੇਦਾਰ ਕੁਲਦੀਪ ਸਿੰਘ ਜੀ ਮਠਾਰੂ ਬਲਵੀਰ ਸਿੰਘ ਜੀ ਚੇਲਾ ਅਵਤਾਰ ਸਿੰਘ ਜੀ ਰਾਣਾ ਪੱਤਰਕਾਰ ਪੰਜਾਬੀ ਜਾਗਰਣ ਤੋਂ ਜਸਪਾਲ ਸਿੰਘ ਜੀ ਕੁੱਕਾ ਗੁਰਵਿੰਦਰ ਸਿੰਘ ਜੀ ਵੈਪਰ ਪੰਚਾਇਤ ਜੀ ਕਾਂਗੜਾ ਦੀਪ ਸਿੰਘ ਜੀ ਕਾਂਗੜਾ ਦਾ ਦਰਸ਼ਨ ਸਿੰਘ ਜੀ ਤੇ ਚੰਦ ਸਿੰਘ ਜੀ ਪਰਿਵਾਰ ਚੰਦ ਕੁਮਾਰੀਆਂ ਦਾ ਤੇ ਸਾਰੇ ਨੰਬਰਦਾਰ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਕਹਿੰਦੇ ਗੁਰਜੀਤ ਤੇ ਕ੍ਰਿਤ ਪਾਲ ਦੀ ਸੂਰਜ ਦੇਵਤਾ ਐਨ ਆਪਣੀ ਰੋਸ਼ਨੀ ਨੂੰ ਘੱਟ ਕਰ ਚੁੱਕਾ ਉਹ ਲਾਲ ਜੀ ਟਿੱਕੀ ਜਦੋਂ ਸਵੇਰ ਚੜ੍ਹਦੀ ਉਦੋਂ ਵੀ ਇੱਦਾਂ ਹੀ ਹੁੰਦੀ ਹੈ ਤੇ ਹੁਣ ਸ਼ਾਮ ਸਦੂਰੀ ਹੋ ਚੁੱਕੀ ਹੈ ਉਹ ਕਹਿੰਦੇ ਗੁਰੂ ਘਰਾਂ ਵਿੱਚ ਰਹਿਰਾ ਸਾਹਿਬ ਦੇ
ਮਾਨ ਜੀ ਨੂੰ ਸਜਾਣੇ ਆ ਪਰ ਕਹਿੰਦੇ ਮੱਲ ਉਹ ਕਹਿੰਦੇ ਥਾੜਿਆਂ ਨੂੰ ਜਾਂਦੇ ਸ਼ਾਮ ਨੂੰ ਤੇ ਅਵਰਤ ਵੇਲੇ ਉੱਠ ਕੇ ਵੇਚਤਾ ਲਾਉਂਦੇ ਆ ਵੇਜਰ ਪ੍ਰਭਾਤ ਜੀ ਮੱਲੀਆਂ ਸਾੜੇ ਵਾਲੇ ਵੀ ਬੈਠੇ ਨੱਚ ਰਹੇ ਨੇ ਉਹ ਪੱਲੇ 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 ਗੁਰਜਨਾ ਬੁਜ਼ੁਰਗ ਪੰਨਾ ਤਾਰਾ ਪੇਰ ਤੇ ਪਾਰੇ ਗੁਰਜਨਾ हट्टी पट्टी गल चल पी चंगिया मल्ला दी एर कहने कल सत्ता करा उठ के मनेरे जी ने मेहनत ने की बच्चे बाहर कर लिए एक मिनट बाकी है पहला दिते समय तो मिलो एक मिनट बाकी है आ बच्चे साइड से कर लो जी मल घटते हैं साल घटते हैं कि सारा भी टक्कर ने देखनी है बारे लोगों लैन छट के आने वाले टक्करे कंग साहब आए थे खेल मिले थे आने सारे टैल कड़ के
ਤੇ ਬਾਕੀ ਮੇਰੇ ਵੀਰ ਪਲੀਜ਼ ਬਾਹਰ ਆ ਜਾਓ, ਬਾਕੀ ਬਾਹਰ ਆ ਜਾਓ। ਪੰਡੋਰੀ ਵਾਲਾ ਆਇਆ ਕਬੱਡੀ ਦਾ ਮਹਾਨ ਖਿਡਾਰੀ ਬਤੌਰ ਜਾਫੀ ਸਿੰਦਰ ਪੰਡੋਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਨਾਲ ਯੋਧਾ ਸਰਗਪੁਰੀਆ ਵਿਸ਼ੇਸ਼ ਤੌਰ ਤੇ ਯੋਧੇ ਭਰਾ ਆਇਆ ਸਾਡੇ ਯੋਧਾ ਤੇ ਜਾਂਦਾ ਦੁਨੀਆਂ ਦੇ ਮਸ਼ਹੂਰ ਜੋੜੀ ਹੋਈ ਹੈ ਕਿਉਂਕਿ ਅੱਜ ਰੂਪ ਵੀ ਵੱਖਰਾ ਜਿਹਾ ਦੇਖਿਆ ਗੱਭਰੂ ਥੋੜ੍ਹਾ ਜਿਹਾ ਅੱਜ ਫੈਸਲਾ ਟਾਲ ਲਿਆ ਅਵਤਾਰ ਰਾਣਾ ਜੀ, ਪ੍ਰਬੰਧਕ ਕਮੇਟੀ ਦਾ ਜੋ ਫੈਸਲਾ ਆ ਸਾਡੇ ਪ੍ਰਸਿੱਧ ਕੋਚ ਕਬੱਡੀ ਕਮੈਂਟਰ ਕੁੱਕਾ ਜੀ, ਜੋ ਤੁਹਾਡਾ ਡਿਸੀਜਨ ਹੈ ਵੈਲਕਮ ਹੈ ਪ੍ਰਬੰਧਕ ਕਮੇਟੀ ਨੂੰ, ਪਲੀਜ਼ ਜ਼ਿਆਦਾ ਪ੍ਰਬੰਧਕ ਕਮੇਟੀ ਵੱਲੋਂ ਹੁਕਮ ਆ ਮੈਂ ਰੋਜੀ ਪਹਿਲਵਾਨ ਵੀਰ ਜੀ ਮਿੰਟਾਂ ਕਰਕੇ ਲੈ ਕੇ ਆਏ ਹਾਂ ਤੇ
ਇੱਧਰ ਕੰਟਾ ਪਿਆ ਹੈ ਬਹੁਤ ਬੇਇੱਜ਼ਤੀ ਆ ਸਾਡੀ ਹੱਥ ਬਣ ਕੇ ਤੁਸੀਂ ਮੰਨੋ 5 ਮਿੰਟ ਦਾ ਨੂੰ ਬਿਲੋ ਬੋਲਣਾ ਪੈਣਾ ਤੇ ਬਾਅਦ ਵਿੱਚ ਅਸੀਂ ਆਪਾਂ ਜਿਹੜਾ ਫੈਸਲਾ ਹੋ ਗਿਆ ਵਾ 5 ਮਿੰਟ ਕੋਲ ਕਿੱਥੇ ਤੇ ਕਰਾਵਾਂਗੇ ਫੈਸਲਾ ਤੇ ਕਰਾਵਾਂਗੇ 5 ਮਿੰਟ ਆਓ ਮਿਲਾਂ ਜੀ ਆਓ ਹੋਣਾ ਪੈਣਾ ਜੋਧਾ ਕਹਿੰਦਾ ਭਰਾ ਆ ਸਾਡਾ ਜੋਧਿਆ ਜੋਧਾ ਵੀ ਆਇਆ ਹੋਇਆ ਸੁਰਗ ਪਰੀਆ ਜਦੋਂ ਜੋਧਾ ਤੇ ਜਾਂਦਾ ਘੇਰੀ ਵਿੱਚ ਫੜਦੇ ਤੇ ਲੋਕੀ ਕਹਿੰਦੇ ਆ ਮੁੰਡਾ ਸਾਹਿਬ ਜੀ ਸਾਰਿਆਂ ਦੇ ਵੀਡੀਓ ਸਾਰੇ ਸਾਰਿਆਂ ਦੇ ਹੋ ਗਿਆ ਆਪਣੀ ਅੰਦਰ ਚੋ ਤੀਰਤ ਭਾਈ ਕੱਕ ਸਾਹਿਬ ਚਲੋ ਆ ਮੈਂ ਆਪਣੀ ਦੇ ਨਾਲ ਬਾਕੀ ਵੀਰੇ ਸਾਹਿਬ ਤੇ ਆਜੋ ਤੀਰਤ ਚਲੋ ਤੀਰਤ ਭਾਈ ਭਾਜੀ ਸਾਰਿਆਂ ਦੇ ਵੀਰੇ ਬਾਕੀ ਸਾਰਿਆਂ ਦੇ ਹੋ ਗਿਆ ਆਪਣੀ ਅੰਦਰ ਚੋ ਕੋਸ਼ਿਸ਼ ਸ਼ੁਰੂ ਕਰਾਂਗੇ ਆਪਾਂ ਕੋਸ਼ਿਸ਼ ਸ਼ੁਰੂ ਉਹਨਾਂ ਦੇ ਇੱਕ ਲਗਾ ਵੀ ਤੇ ਵੀ ਬਾਬਾ ਆਪਾਂ ਬੋਲਦੇ ਆ ਕਿਉਂਕਿ ਦਰਸ਼ਕ ਕੋਸ਼ਿਸ਼ ਦੇਖਣ ਵਾਸਤੇ ਆਏ ਆ ਲੈ ਵੀ ਨਸ਼ਤਰ ਭਰਾ ਜੀ ਜਸਪਾਲ ਭਾਜੀ ਕੋਸ਼ਿਸ਼ ਸ਼ੁਰੂ ਕਰਾਓ ਉਹ ਡਰੀ ਆਂਦਾ ਕੌਣ ਉਹ ਲਵ ਪ੍ਰੀਤ ਮੇਰਾ ਬੇਨਤੀ ਆ ਸਾਰਿਆਂ ਦਾ ਪ੍ਰਸੀਜਰ ਲੈ ਰਿਹਾ ਕਿ 5
ਬਾਜੀ ਕੋਸ਼ਿਸ਼ ਸ਼ੁਰੂ ਕਰਾਓ ਮੇਰਾ ਹੋਰ ਲੱਗ ਪਿਆ ਕੋਸ਼ਿਸ਼ ਸ਼ੁਰੂ ਕਰਾ ਲਓ ਹਲੋ ਬਾਜਾ ਪਟਾਕੇ ਲਾਉਂਦਾ ਮੋਟਰਸਾਈਕਲ ਵੋਲਟ ਤੇ ਪਟਾਕੇ ਲਾਤਾ ਪੈਣ ਜਿਹੜਾ ਇਸ ਜੇਤੂ ਜੋ ਰਹੂਗਾ ਉਹ ਵੋਲਟ ਦਾ ਵਿਜੇਤਾ ਰਹੂਗਾ ਪਲੀਜ਼ ਵੋਲਟ ਦੇ ਪਟਾਕੇ ਲਾਤਾ ਪੈਣ ਪਲੀਜ਼ ਰਗਾਇਆ ਹੀ ਉਸੇ ਕਰ ਲਿਓ ਆਖਰੀ ਫੈਸਲਾ 5 ਮਿੰਟ ਦਾ ਕੋਲ ਹੋਗਾ ਦੋਨੋਂ ਪਰਵਾਨਾ ਉਸ ਤੋਂ ਬਾਅਦ ਲੱਗ ਜੇ ਫਿਰ ਆਪਣੇ 5 ਮਿੰਟ ਹੋ ਗਏ जसपाल जी प्लीज डिसीजन लो जल्दी जल्दी घेरा हो रहा प्लीज प्रबंधक कमेटी वालों बेनती है घेरा हो रहा है जोगिंदर गिली जी प्लीज शुरू करो साहब हेलो हेलो वेलकम जी है प्लीज मनोहर बैन जी इदा ना करो प्लीज बेनती है जी जसवीर कुका जी जसपाल कुका जी कृपा करके प्लीज डिसीजन लो कोई प्रबंधक कमेटी को बेनती है तीरे ले जा हां जी रोजी भलवान जी साडे सत्कार योग निशक्कर सिंह जी रेक छड़िया होया बिल्कुल रोजी भलवान जी आओ जे कोई पैरवान नहीं बनता प्लीज इस प्रबंधकों को मजबूर होकर कोई डिसीजन लेना पैना है जे दोनों पैरवान नहीं मानते राणा जी तो प्लीज कोई ना कोई प्रबंधक कमेटी को डिसीजन लेना पैना गुरचरण बा डिसीजन देना पैना प्रबंधक कमेटी को सेंट कमेटी को गुरमेल एक डिसीजन दो प्लीज बाकी आ जाओ बाहर मेरी बेनती है प्लीज लो जी प्रबंधक कमेटी वालों फैसला हो गया है जेकर एक पैर
पहलवान नहीं गाँवता तो दूजे पहलवान को जेतू ऐलान किया जाएगा प्लीज कृपा करके सू मजबूर ना किया जाए जेकर दूजा पहलवान नहीं गाँवता तो पहले पहलवान को जेतू करार दिता जाएगा प्लीज कृपा करके प्रबंधक कमेटी वालों बेनती है कि ग्राउंड के विचों सारे बंदे प्लीज कृपा करके हाथ जोड़ के बेनती है कि बाहर चल जाए कि ऐसी संजय ढंग नाल अगली कोशिश करा सकिए मतलब आ जाओ कि सूर में बताओ लखनी साहब ने बेनती की है कि जेकर नहीं पहलवान अखाड़े चाहता तो असं जेतू करार देवे प्लीज अमरीक प्लीज आ डिसीजन दो यार खूजबान पहलवान हो अमरीक वाले जी हाँ प्लीज सारे ग्राम तो अवतार रहना जी मैं रोजी पहलवान एक बेनती कर लगे सारे सुन लो जो इन्हों फैसला दिता कमेटी ने करना पैदा अगर नहीं करना तो रोजी की मर्जी है फिर जेल को लाने पैदा पाए जे नहीं करना बिल्कुल Thank you.